वाहेगुरु जी का खालसा वाहेगुरु जी की फतेह। जगबाणी ते दर्शन टीवी वेख रहे सारे दर्शकों का तहे दिलों स्वागत। मैं रणदीप सिंह एक बार फिर हाजिर हाँ प्रोग्राम बाबाणियां कहानियां लैके। इस प्रोग्राम के जरिए असी वख-वख शख्सियतों नूं लैके आउंदे हां ते गुरु ग्रंथ साहिब की विचारधारा ते इतिहास के विचों सिख सूरबीरां दे जीवन ते विचार चर्चा करदे हां। जेकर असी संसार दे वल चात मारीए तां दुनिया भर दे विच अकाल पुरख परमात्मा वल्लों भेजे हुए इंसान संसार दे विच आउंदे ने ते अपने लिए जिंदगी जिओ के इस संसार तो चले जांदे ने। बहुत घट लोग ऐसे हुंदे ने जो संसार दे विच जन्म लैंदे ने पर वो अपने लिए नहीं, अपने परिवार लिए ही नहीं, बल्कि बहुत सारे जरूरतमंदां लई अपनी जिंदगी सेवा दे विच लगा दिंदे ने। ऐसिया शख्सियतों के एक महान रूह सन भगत पूर्ण सिंह, जिन्होंने पिंगलवाड़ा की स्थापना की ते बहुत सारे जरूरतमंदा बेसहारा लोगों की सेवा करद हो अपना जीवन लगा दिता। अज उन्हों के जीवन पर असी गलबात करा, क्योंकि भगत पूर्ण सिंह जी का जन्म 4 जून को आता है। तो साढ़े नाल उन्होंने जीवन पर गलबात करने के लिए बीबी इंद्रजीत कौर जी मौजूद ने। स्वागत करते हैं बीबी जी। वाहगुरू जी का खालसा वाहगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਪੂਰਨ ਸਿੰਘ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਸੰਸਾਰ ਦੇ ਵਿੱਚ ਕੀਤੀਆਂ, ਕੋਈ ਵਿਰਲੀ ਮਿਸਾਲ ਹੀ ਮਿਲਦੀ ਹੈ ਇਹੋ ਜੀ। ਪਿੰਗਲਵਾੜਾ ਦੀ ਸਥਾਪਨਾ ਕੀਤੀ, ਅੱਜ ਕੱਲ੍ਹ ਪਿੰਗਲਵਾੜਾ ਦੇ ਵਿੱਚ ਤੁਸੀਂ ਸੇਵਾ ਕਰ ਰਹੇ ਹੋ ਪਿਛਲੇ ਲੰਮੇ ਸਮੇਂ ਤੋਂ ਮੁੱਖ ਸੇਵਕਾ ਦੇ ਰੂਪ ਦੇ ਵਿੱਚ। ਪਿੰਗਲਵਾੜੇ ਤੋਂ ਹੀ ਸ਼ੁਰੂਆਤ ਕਰਦੇ ਹਾਂ। ਪਿੰਗਲਵਾੜਾ ਦੇ ਵਿੱਚ ਜੋ ਕਿ ਭਗਤ ਪੂਰਨ ਸਿੰਘ ਜੀ ਦੇ ਵੱਲੋਂ ਸ਼ੁਰੂਆਤ ਕੀਤੀ ਗਈ, ਉਸ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕਿੰਨੇ ਕੁ ਜ਼ਰੂਰਤਮੰਦ ਨੇ, ਬੇਸਹਾਰਾ ਨੇ, ਜਿਨ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ? ਤਕਰੀਬਨ 1400 ਹੈ ਜੀ ਸਾਡੇ ਕੋਲ ਮਰੀਜ਼ ਹੈ ਜੀ, ਤੇ 400 ਬੱਚੇ, 1800 ਹੈ ਸਾਡੇ ਕੋਲ ਸਾਡੇ ਪਰਿਵਾਰ ਦੇ ਮੈਂਬਰ। ਪਿੰਗਲਵਾੜਾ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਨੂੰ ਤੁਸੀਂ ਆਪਣਾ ਪਰਿਵਾਰ ਹੀ ਸਮਝਦੇ ਹੋ, ਇਸ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦੇ ਮੈਂਬਰ ਨੇ, ਕਿੱਥੋਂ ਕਿੱਥੋਂ ਆਏ ਹੋਏ ਨੇ ਉਹ ਜਿੰਨੇ ਵੀ ਜ਼ਰੂਰਤਮੰਦ ਨੇ, ਬੇਸਹਾਰਾ ਨੇ, ਜਿਹੜੇ ਇੱਕ ਪਰਿਵਾਰ ਦੀ ਤਰ੍ਹਾਂ ਰਹਿ ਰਹੇ ਨੇ? ਕੀ ਉਹ ਕੇਵਲ ਪੰਜਾਬ ਦੇ ਨੇ ਜਾਂ ਪੰਜਾਬ ਦੀਆਂ ਵੱਖ ਵੱਖ ਸਟੇਟਾਂ, ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਵੀ ਆਏ ਹੋਏ ਨੇ? ਨਹੀਂ, ਸਾਰੇ ਹਿੰਦੁਸਤਾਨ ਚੋਂ ਹੀ ਆਏ ਹੋਏ ਨੇ। ਕਈ ਵਾਰੀ ਬੰਗਲਾਦੇਸ਼ ਤੋਂ ਵੀ ਹੈਗੇ 2-4 ਮਰੀਜ਼ ਸਾਡੇ ਕੋਲ। ਜਦੋਂ ਉਹ ਆ ਜਾਂਦੇ ਆ, ਮੈਂਟਲੀ ਕੰਡੀਸ਼ਨ ਉਹਦੀ ਠੀਕ ਨਹੀਂ ਹੁੰਦੀ ਤਾਂ ਇੱਥੇ ਆ ਕੇ ਭੁੱਲ ਭੱਲ ਜਾਂਦੇ ਆ, ਕਿਉਂਕਿ ਬਾਰਡਰ ਵੀ ਇੰਨਾ ਸਖ਼ਤ ਨਹੀਂ ਹੈਗਾ ਬੰਗਲਾਦੇਸ਼ ਦਾ। ਤੇ ਇਸ ਕਰਕੇ ਬਹੁਤੇ ਤਾਂ ਬਾਕੀ ਜਿਹੜੇ ਆ ਬੰਗਾਲ, ਬਿਹਾਰ, ਯੂਪੀ, ਅਸਾਮ, ਉੱਤਰ ਪ੍ਰਦੇਸ਼, ਉੱਤਰਾਂਚਲ, ਰਾਜਸਥਾਨ, ਸਾਰੀਆਂ ਸਟੇਟਸ ਦੇ ਵਿੱਚੋਂ ਆ ਜਾਂਦੇ ਆ, ਪੰਜਾਬ ਵਿੱਚੋਂ ਵੀ ਆਉਂਦੇ ਬਹੁਤ ਸਾਰੇ। ਬੀਬੀ ਜੀ, ਸ਼ੁਰੂਆਤ ਕੀਤੀ ਸੀ ਭਗਤ ਪੂਰਨ ਸਿੰਘ ਜੀ ਹੁਣਾਂ ਨੇ। ਭਗਤ ਪੂਰਨ ਸਿੰਘ ਜੀ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਕਿਸ ਜਗ੍ਹਾ ਹੋਇਆ ਸੀ, ਪਰਿਵਾਰਕ ਪਿਛੋਕੜ ਕੀ ਸੀ, ਇਹ ਸੰਗਤ ਨੂੰ ਜ਼ਰੂਰ ਦੱਸੋ। ਕਿਉਂਕਿ ਇਹ ਤਾਂ ਪਤਾ ਹੈ ਸਭ ਨੂੰ ਕਿ ਪਿੰਗਲਵਾੜਾ ਦੀ ਉਹਨਾਂ ਨੇ ਸਥਾਪਨਾ ਕੀਤੀ ਸੀ, ਆਪਣਾ ਸਾਰਾ ਜੀਵਨ ਉਹਨਾਂ ਨੇ ਜ਼ਰੂਰਤਮੰਦਾਂ ਅਤੇ ਬੇਸਹਾਰਿਆਂ ਦੀ ਜ਼ਿੰਦਗੀ ਲਈ ਲਗਾ ਦਿੱਤਾ, ਉਹਨਾਂ ਦੀ ਸੇਵਾ ਦੇ ਵਿੱਚ ਲਗਾ ਦਿੱਤਾ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਦੇ ਪਰਿਵਾਰ ਦਾ ਪਿਛੋਕੜ ਕੀ ਸੀ, ਉਹਨਾਂ ਦਾ ਜਨਮ ਕਿੱਥੇ ਹੋਇਆ। ਭਗਤ ਪੂਰਨ ਸਿੰਘ ਜੀ ਦਾ ਜਨਮ ਰਾਜੇਵਾਲ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਹੋਇਆ, ਅਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਸ਼ੁਭਮਨ ਸੀ, ਮਾਤਾ ਜੀ ਦਾ ਨਾਮ ਮਾਤਾ ਮਹਿਤਾਬ ਕੌਰ ਸੀਗੇ। ਅਤੇ ਉਹਨਾਂ ਦੇ ਜਿਹੜਾ ਪਰਿਵਾਰ ਸੀਗਾ, ਪਿਤਾ ਜੀ ਦਾ ਪਰਿਵਾਰ ਜਿਹੜੇ ਸੀ ਹਿੰਦੂ ਖੱਤਰੀ ਸੀਗੇ, ਅਤੇ ਮਾਤਾ ਮਹਿਤਾਬ ਕੌਰ ਜਿਹੜੇ ਸੀ ਉਹ ਸਿੱਖ ਜੱਟ ਪਰਿਵਾਰ ਵਿੱਚੋਂ ਸਨ। ਅਤੇ ਇਹ ਰਾਜੇਵਾਲ ਵਿਖੇ ਉਹਨਾਂ ਦਾ ਜਨਮ ਹੋਇਆ, ਅਤੇ ਰਾਜੇਵਾਲ ਹੀ ਉਹਨਾਂ ਦੇ ਪਿਤਾ ਜੀ ਰਹਿੰਦੇ ਹੁੰਦੇ ਸੀਗੇ। ਅਤੇ ਹਿੰਦੂ ਮਤ, ਕਿਉਂਕਿ ਪਿਤਾ ਜੀ ਜਿਹੜੇ ਸੀ ਉਹ ਹਿੰਦੂ ਮਤ ਦੇ ਸਨ, ਅਤੇ ਇਸ ਕਰਕੇ ਉਹ ਹਿੰਦੂ ਮਤ ਦੇ ਨਾਲ ਪਹਿਲ ਅਟੈਚਡ ਰਹੇ। ਉਹਨਾਂ ਦਾ ਆਪਣਾ ਵੀ ਨਾਮ ਰਾਮਜੀ ਦਾਸ ਰੱਖਿਆ ਗਿਆ ਸੀ, ਔਰ ਸ਼ੁਰੂ ਤੋਂ ਉੱਤੋਂ ਉਹ ਮੰਦਰ ਦੇ ਵਿੱਚ ਵੀ ਜਾਂਦੇ ਸੀ, ਉਹਨਾਂ ਦੇ ਘਰ ਦੇ ਨਾਲ ਮੰਦਰ ਸੀਗਾ, ਔਰ ਉਹ ਨਮੋ ਸ਼ਿਵਾਏ ਲਿਖਦੇ ਸੀ ਬਿੱਲ ਦੇ ਪੱਤਿਆਂ ਦੇ ਉੱਤੇ। ਔਰ ਸਭ ਤੋਂ ਜ਼ਿਆਦਾ ਪ੍ਰਭਾਵ ਤਾਂ ਉਹਨਾਂ ਨੂੰ ਇਹ ਸੀਗਾ ਵੀ ਹਨੂੰਮਾਨ ਜਤੀ ਸਤੀ ਅਤੇ ਭੈਰੋ, ਜਿਹੜਾ ਮੰਦਰ ਸੀ ਉਹਦੇ 'ਚ ਹਨੂੰਮਾਨ ਜਤੀ ਸਤੀ ਅਤੇ ਭੈਰੋ ਦੀ ਜਤੀ ਸਤੀ ਦੇ ਨਾ ਮੂਰਤੀਆਂ ਲੱਗੀਆਂ ਹੋਈਆਂ ਸੀਗੀਆਂ। ਅਤੇ ਉਹਨਾਂ ਨੇ ਫਿਰ ਉਹ ਜਤ ਸਤ ਦਾ ਜਿਹੜਾ ਸੀਗਾ ਸੋਚ ਸੀ ਉੱਥੋਂ ਕਬੂਲ ਕੀਤੀ, ਔਰ ਬਹੁਤ ਸਾਰੇ ਜਿਹੜੇ ਉਹਦੇ ਮਾਤਾ ਜੀ ਸਨ ਉਹ ਉਹਨਾਂ ਨੂੰ ਧਾਰਮਿਕ ਉਪਦੇਸ਼ ਦਿੰਦੇ ਸਨ। ਉਹਨਾਂ ਨੂੰ ਆਏ ਗਏ ਨੂੰ ਖਾਲੀ ਨਹੀਂ ਬੋੜਨਾ, ਜਿਹੜਾ ਘਰ ਦੇ ਵਿੱਚ ਕੋਈ ਆਇਆ, ਭਾਵੇਂ ਮੁਸਲਮਾਨ ਫਕੀਰ ਆਇਆ ਚਾਹੇ ਹਿੰਦੂ ਫਕੀਰ ਆਇਆ ਕੋਈ, ਅਤੇ ਗਰੀਬਾਂ ਦੀ ਸਹਾਇਤਾ ਵੀ ਕਰਦੇ ਸਨ। ਪਰ ਮਾਤਾ ਜੀ ਆਪ ਫਿਰ ਕੋਈ ਫੌਜੀ ਅਫਸਰ ਸੀ, ਛੁੱਟੀ ਆਉਂਦਾ ਸੀ, ਉਹ ਸਿੱਖ ਸੀ, ਉਹਦੇ ਕੋਲੋਂ ਫਿਰ ਮਾਤਾ ਜੀ ਨੇ ਜਪਜੀ ਸਾਹਿਬ ਦਾ ਪਾਠ ਸਿੱਖਿਆ, ਔਰ ਉਹ ਜਪਜੀ ਸਾਹਿਬ ਦਾ ਪਾਠ ਮਾਤਾ ਜੀ ਨਿਰਵਿਘਨ ਕਰਦੇ ਹੁੰਦੇ ਸੀਗੇ। ਔਰ ਮਾਤਾ ਜੀ ਨੇ ਮਾਤਾ ਜੀ ਨੇ ਜਿਹੜੇ ਸੰਸਕਾਰ ਦਿੱਤੇ ਭਗਤ ਜੀ ਨੂੰ,
ਉਹ ਇਹ ਕਿ ਸਾਰੇ ਜਨੌਰਾਂ ਨੂੰ ਪੰਛੀਆਂ ਨੂੰ ਸੌਰੀ ਪਾਣੀ ਪਿਆਉਣਾ, ਦਾਣੇ ਪਾਉਣੇ ਪੰਛੀਆਂ ਨੂੰ ਜਾ ਕੇ ਉੱਪਰ, ਇਹ ਉਹਨਾਂ ਦਾ ਜਿਹੜਾ ਨਿੱਤ ਦਾ ਕਾਰਜ ਸੀ। ਯਾਰ ਜਦੋਂ ਬਾਅਦ ਵਿੱਚ ਉਹਨਾਂ ਦੇ ਪਿੰਡ ਤੋਂ ਬਾਹਰ ਇੱਕ ਖੂਹ ਸੀ ਜਿੱਥੇ ਉਹ ਡੋਲ ਨਾਲ ਪਾਣੀ ਕੱਢ ਕੱਢ ਕੇ ਅਤੇ ਸਾਰੇ ਪਿੰਡ ਦੇ ਚੌਣੇ ਨੂੰ ਪਿਆਉਂਦੇ ਸੀ ਅਤੇ ਰਾਈਆਂ ਨੂੰ ਵੀ ਪਿਆਉਂਦੇ ਸੀ, ਅਤੇ ਜਦੋਂ ਭਗਤ ਜੀ ਛੁੱਟੀ ਵਾਲੇ ਦਿਨ ਹੁੰਦੇ ਤਾਂ ਨਾਲ ਭਗਤ ਜੀ ਨੂੰ ਵੀ ਲਗਾਉਂਦੇ ਸੀ ਨਾਲ, ਅਤੇ ਇਸ ਤਰ੍ਹਾਂ ਜਿਹੜੇ ਉਹਨਾਂ ਦੇ ਮਤਲਬ ਸੰਸਕਾਰ ਜਿਹੜੇ ਭਗਤ ਜੀ 'ਚ ਪਾਏ। ਪਰ ਸਭ ਤੋਂ ਵੱਡੀ ਗੱਲ ਜਿਹੜੀ ਮਾਤਾ ਜੀ ਨੇ ਉਹਨਾਂ ਨੂੰ ਉਹਨਾਂ ਦੇ ਹਿਰਦੇ ਵਿੱਚ ਵਸਾ ਦਿੱਤੀ ਕਿ ਜੋ ਸਾਰੇ ਧਰਮਾਂ ਦਾ ਸਾਰੰਸ ਹੈ ਕਿ ਰੱਬ ਸਾਰੇ ਜੀਆਂ 'ਚ ਵੱਸਦਾ, ਔਰ ਇਹ ਗੱਲ ਉਹਦੇ 'ਤੇ ਪਰਪੱਕ ਕਰ ਦਿੱਤੀ। ਔਰ ਪਿੰਡ ਵਿੱਚ ਜਦੋਂ ਪਲੇਗ ਫੈਲੀ ਤਾਂ ਮਾਤਾ ਜੀ ਆਪ ਜਾ ਕੇ ਲੋਕਾਂ ਦੇ ਘਰਾਂ ਵਿੱਚ ਜਿਹੜੇ ਸੀ, ਲੋਕ ਘਰਾਂ ਵਿੱਚ ਵੀ ਨਹੀਂ ਸੀ ਰਹਿੰਦੇ, ਲੋਕ ਉਹਨਾਂ ਨੂੰ ਪਿੰਡ ਤੋਂ ਬਾਹਰ ਰੱਖਿਆ ਹੋਇਆ ਸੀ ਪਲੇਗ ਦੀ ਬਿਮਾਰੀ ਵਿੱਚ, ਅਤੇ ਉੱਥੇ ਜਾ ਕੇ ਚੌਪੜੀਆਂ ਵਿੱਚ ਉਹਨਾਂ ਨੂੰ ਖਿਚੜੀ ਖੁਚੜੀ ਬਣਾ ਕੇ ਲੈ ਕੇ ਦੇ ਕੇ ਆਉਣੀ, ਨਾਲ ਭਗਤ ਜੀ ਨੂੰ ਨਾਲ ਲੈ ਕੇ ਜਾਣਾ, ਭਾਵੇਂ ਕਿ ਪਤਾ ਸੀ ਕਿ ਇਹ ਜਿਹੜੀ ਬਿਮਾਰੀ ਲੱਗਦੀ ਹੈ, ਫਿਰ ਵੀ ਉਹਨਾਂ ਨੇ ਇਸ ਗੱਲ ਦਾ ਗੁਰੇਜ ਨਹੀਂ ਕੀਤਾ, ਉਹਨਾਂ ਨੇ ਆਪ ਜਾ ਕੇ ਸੇਵਾ ਕੀਤੀ। ਇਸ ਤਰ੍ਹਾਂ ਫਿਰ ਭਗਤ ਜੀ ਦੇ ਵਿੱਚ ਜਿਹੜਾ ਉਹ ਸੇਵਾ ਦਾ ਗੱਲ ਸੀਗੀ ਉਹ ਭਰ ਦਿੱਤੀ, ਕਿਉਂਕਿ ਇਹ ਸਭ ਤੋਂ ਵੱਡੀ ਗੱਲ ਸੀ ਕਿ ਰੱਬ ਸਾਰੇ ਜੀਆਂ 'ਚ ਵੱਸਦਾ। ਮਤਲਬ ਕਿ ਬਚਪਨ ਤੋਂ ਹੀ ਉਹਨਾਂ ਨੂੰ ਗੁੜਤੀ ਮਿਲੀ, ਮਾਂ ਦੀ ਗੋਦ ਦੇ ਵਿੱਚੋਂ ਉਹਨਾਂ ਨੂੰ ਸੇਵਾ ਕਰਨ ਦਾ ਜਿਹੜਾ ਸੁਭਾਅ ਸੀ ਉਹ ਪ੍ਰਾਪਤ ਹੋਇਆ। ਜਿਵੇਂ ਤੁਸੀਂ ਗੱਲ ਕੀਤੀ ਕਿ ਪਲੇਗ ਦੀ ਬਿਮਾਰੀ ਫੈਲ ਗਈ, ਅਤੇ ਪਲੇਗ ਦੀ ਬਿਮਾਰੀ ਦੇ ਨਾਲ ਬਹੁਤ ਸਾਰੇ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ। ਉਸ ਸਮੇਂ ਭਿਆਨਕ ਬਿਮਾਰੀ ਦੇ ਰੂ ਚੱਲਦਿਆਂ ਹੋਇਆਂ ਸੇਵਾ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਅੱਜ ਵੀ ਆਪਾਂ ਦੇਖਦੇ ਹਾਂ ਕਰੋਨਾ ਮਹਾਂਮਾਰੀ ਦਾ ਸਮਾਂ ਚੱਲ ਰਿਹਾ, ਅੱਜ ਵੀ ਬਹੁਤ ਸਾਰੇ ਲੋਕ ਮੌਤ ਦੇ ਮੂੰਹ ਵਿੱਚ ਗਏ ਨੇ, ਪਰ ਬਹੁਤ ਸਾਰੇ ਸੇਵਾਦਾਰ ਨੇ ਜਿਨ੍ਹਾਂ ਦੇ ਉੱਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਉਹ ਇਸ ਮਹਾਂਮਾਰੀ ਦੇ ਦੌਰਾਨ ਵੀ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਨੇ। ਭਗਤ ਪੂਰਨ ਸਿੰਘ ਜੀ ਵੀ ਐਸੀ ਸ਼ਖਸੀਅਤ ਸਨ ਜਿਨ੍ਹਾਂ ਨੂੰ, ਜੋ ਕਿ ਰਾਮ ਜੀ ਦਾਸ ਦੇ ਰੂਪ ਦੇ ਵਿੱਚ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਹੀ ਸੇਵਾ ਦੀ ਲਾਗ ਲੱਗ ਗਈ। ਪਰ ਭਗਤ ਪੂਰਨ ਸਿੰਘ ਜੀ ਰਾਮ ਜੀ ਦਾਸ ਤੋਂ ਭਗਤ ਪੂਰਨ ਸਿੰਘ ਕਿਵੇਂ ਬਣੇ, ਉਹ ਸਫ਼ਰ ਕਿਵੇਂ ਰਿਹਾ? ਮੇਰਾ ਸਵਾਲ ਇਹ ਹੈ ਕਿ ਗੁਰਸਿੱਖੀ ਦੇ ਵਿੱਚ ਕਿਵੇਂ ਆਏ, ਕਿਉਂਕਿ ਪਹਿਲਾਂ ਉਹਨਾਂ ਦਾ ਜਨਮ ਹਿੰਦੂ ਪਰਿਵਾਰ ਦੇ ਵਿੱਚ ਹੋਇਆ ਸੀ, ਉਹਨਾਂ ਨੂੰ ਗੁਰਸਿੱਖੀ ਦੀ ਗੁੜਤੀ ਕਿੱਥੋਂ ਮਿਲੀ? ਜਿਹੜੇ ਇੱਕ ਤਾਂ ਮਾਤਾ ਜੀ ਜਿਹੜੇ ਸੀ ਉਹ ਜੱਟ ਸਿੱਖ ਪਰਿਵਾਰ ਵਿੱਚੋਂ ਸਨ, ਦੂਸਰੀ ਜਿਹੜੀ ਉਹਨਾਂ ਦੇ ਘਟਨਾਵਾਂ ਇਹੋ ਜਿਹੀਆਂ ਹੋਈਆਂ ਕਿ ਪਿੰਡ ਦੇ ਵਿੱਚ ਕਾਲ ਪੈ ਗਿਆ, ਗਰੀਬੀ ਪੈ ਗਈ, ਪਿਤਾ ਜੀ ਦਾ ਕੰਮ ਸ਼ਾਹੂਕਾਰ ਦਾ ਸੀ ਜਿਹੜਾ ਉਹ ਸਾਰਾ ਖਤਮ ਹੋ ਗਿਆ, ਉਹ ਲੋਕਾਂ ਨੇ ਪੈਸੇ ਨਾ ਮੋੜੇ, ਜਿਹੜੇ ਪੈਸੇ ਉਹਨਾਂ ਕੋਲ ਸੀਗੇ ਪਿਤਾ ਜੀ ਨੇ ਉਹਨਾਂ ਨੇ ਉਹ ਇੱਕ ਜਿਹੜੀ ਟ੍ਰੇਨ ਦਾ ਡੱਬਾ ਸੀਗਾ ਤੂੜੀ ਦਾ ਮੰਗਾਇਆ ਅਤੇ ਇੱਕ ਦਾਣਿਆਂ ਦਾ ਮੰਗਾਇਆ, ਅਤੇ ਲੋਕਾਂ ਦੇ ਵਿੱਚ ਵੰਡਿਆ ਅਤੇ ਕਹਿਤਾ ਵੀ ਚਲੋ ਤੁਸੀਂ ਲੈ ਲਓ, ਜੇ ਤੁਹਾਡੇ ਕੋਲ ਪੈਸੇ ਹੋਏ ਦੇ ਦੇਣਾ, ਨਾ ਹੋਏ ਤਾਂ ਕੋਈ ਗੱਲ ਨਹੀਂ ਰੱਬ ਲਿਖੇ। ਤਾਂ ਉਹ ਜਦੋਂ ਕਾਲ ਫੈਣ ਤੋਂ ਬਾਅਦ ਘਰ 'ਚ ਗਰੀਬੀ ਆ ਗਈ ਤਾਂ ਫਿਰ ਇੱਥੋਂ ਤੱਕ ਹਾਲਾਤ ਹੋ ਗਏ ਕਿ ਮਾਤਾ ਜੀ ਨੇ ਭਗਤ ਜੀ ਨੂੰ ਪੜ੍ਹਾਉਣ ਵਾਸਤੇ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਨੇ, ਪਰ ਜਦੋਂ ਫਿਰ ਕਿਸੇ ਨੇ ਸਲਾਹ ਦਿੱਤੀ ਵੀ ਇਹ ਤਾਂ ਛੋਟੀ ਕਲਾਸ ਹੈ, ਵੱਡੇ ਕਲਾਸਾਂ 'ਚ ਹੋਏਗਾ ਤਾਂ ਖਰਚ ਜ਼ਿਆਦਾ ਹੋਏਗਾ ਅਤੇ ਇਹਦੇ ਨਾਲ ਨਹੀਂ ਸਰਨਾ ਹੈਗਾ। ਫਿਰ ਮਾਤਾ ਜੀ ਅਤੇ ਪਿਤਾ ਜੀ ਦੋਨੋਂ ਮਿੰਟ ਘੁੰਮਰੀ ਕਿਸੇ ਡਾਕਟਰ ਦੇ ਘਰ ਐਜ਼ ਏ ਮੇਡ ਸਰਵੈਂਟ ਮਾਤਾ ਜੀ ਚਲੇ ਗਏ ਕੰਮ ਕਰਨ ਵਾਸਤੇ। ਉਹਨਾਂ ਨੂੰ ਉੱਥੇ 10 ਰੁਪਏ ਮਹੀਨਾ ਤਨਖਾਹ ਮਿਲਦੇ ਸੀ ਅਤੇ ਭਗਤ ਜੀ ਨੂੰ ਹੋਸਟਲ 'ਚ ਪਾ ਤਾ ਖੰਨੇ, ਜਿਹੜੇ ਸਾਰੇ ਪੈਸੇ ਹੁੰਦੇ ਸੀ ਮਾਤਾ ਜੀ ਭਗਤ ਜੀ ਨੂੰ ਭੇਜ ਦਿੰਦੇ ਸੀਗੇ। ਇਸ ਤਰ੍ਹਾਂ ਮਤਲਬ ਭਗਤ ਜੀ ਨੂੰ ਪੜ੍ਹਾਇਆ ਅਤੇ ਉਦੋਂ ਜਿਹੜੇ ਹੁੰਦੇ ਸੀਗੇ ਜਦੋਂ ਪਹਿਲਾਂ ਰਹਿੰਦੇ ਸੀ ਰਾਜੇਵਾਲ ਮਾਤਾ ਜੀ ਰਹਿੰਦੇ ਸੀ, ਜਦੋਂ ਧਿਆਨ ਜਿਹੜੇ ਹੁੰਦੇ ਸੀ ਉਦੋਂ ਲੁਧਿਆਣੇ ਵਿੱਚ ਲੁਧਿਆਣੇ ਹੁੰਦੇ ਸੀਗੇ, ਪੇਪਰ ਜਿਹੜੇ ਲੁਧਿਆਣੇ ਹੁੰਦੇ ਸੀਗੇ। ਅਤੇ ਇਸ ਤਰ੍ਹਾਂ ਫਿਰ ਜਦੋਂ ਉਹਨਾਂ ਨੂੰ ਰਸਤੇ 'ਚ ਕਈ ਵਾਰੀ ਪੈਸੇ ਨਹੀਂ ਸੀ ਹੁੰਦੇ ਅਤੇ ਪੈਦਲ ਹੀ ਤੁਰ ਕੇ ਆਉਣਾ ਪੈਂਦਾ ਸੀਗਾ ਆਪਣੇ ਰਾਜੇਵਾਲ ਤੱਕ, ਅਤੇ ਇੱਕ ਵਾਰੀ ਇਸ ਤਰ੍ਹਾਂ ਹੀ ਕਾਫੀ ਟਾਈਮ ਰਾਤ ਪੈ ਗਈ ਅਤੇ ਭੁੱਖ ਲੱਗੀ, ਭਗਤ ਜੀ ਕਹਿੰਦੇ ਮੈਨੂੰ ਭੁੱਖ ਲੱਗੀ, ਉਹ ਮੰਦਿਰ 'ਚ ਚਲੇ ਗਏ, ਠਾਕਰਾਂ ਦੇ ਇਸ਼ਨਾਨ ਕਰਾਏ, ਜਿਹੜੇ ਪੱਥਰ ਦੇ ਬੁੱਤ ਠਾਕਰ ਬਣਾਏ ਹੋਏ ਸੀਗੇ, ਅਤੇ ਉੱਥੇ ਡੰਡੌਤ ਵੀ ਕੀਤੀ, ਅਤੇ ਉਸ ਤੋਂ ਬਾਅਦ ਘੱਟੀ ਵੱਜੀ ਰੋਟੀ ਦੀ। ਉੱਥੇ ਕੁਛ ਵਿਦਿਆਰਥੀ ਰਹਿੰਦੇ ਸੀ ਜਿਹੜੇ ਪੜ੍ਹਦੇ ਰਹਿੰਦੇ ਸੀ ਹੋਸਟਲ ਵਾਂਗੂ, ਅਤੇ ਉਹਨਾਂ ਨੇ ਰੋਟੀ ਖਾਣ ਬਹਿ ਗਏ ਅਤੇ ਭਗਤ ਜੀ ਵੀ ਨਾਲ ਬੈਠ ਗਏ, ਅਤੇ ਉੱਥੋਂ ਦਾ ਜਿਹੜਾ ਪੁਜਾਰੀ ਸੀ ਉਹਨੇ ਭਗਤ ਜੀ ਨੂੰ ਉਠਾ ਦਿੱਤਾ ਕਿ ਇੱਥੇ ਸਿਰਫ ਜਿਹੜਾ ਲੰਗਰ ਹੈ ਇਹ ਵਿਦਿਆਰਥੀਆਂ ਵਾਸਤੇ, ਇਹ ਤੇਰੇ ਵਾਸਤੇ ਨਹੀਂ ਹੈਗਾ। ਉਹਨਾਂ ਦਾ ਮਨ ਕਾਫੀ ਖਰਾਬ ਹੋਇਆ। ਫਿਰ ਉਸ ਤੋਂ ਬਾਅਦ ਫਿਰ ਕਿਤੇ ਮੌਕਾ ਮਿਲਿਆ ਤਾਂ ਫਿਰ ਉਹਨਾਂ ਨੂੰ ਇਸ ਤਰ੍ਹਾਂ ਰਸਤੇ ਦੇ ਵਿੱਚ ਪਰਿਵਾਰ ਕੋਈ ਮਿਲਿਆ, ਪਾਠ ਕਰ ਰਹੇ ਸੀ ਰਹਿ ਰਾਸ ਦਾ, ਅਤੇ ਉਹਨਾਂ ਨੇ ਭਗਤ ਜੀ ਨੇ ਰਾਤ ਪੈ ਗਈ ਅਤੇ ਕਹਿ ਰਹੇ ਰਹਿਣ ਦੀ ਕੋਈ ਥਾਂ ਨਹੀਂ ਸੀ ਹੈਗੀ, ਤਾਂ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਮੈਂ ਆਇਆ ਲੁਧਿਆਣੇ ਤੋਂ ਪੈਦਲ ਅਤੇ ਹੁਣ ਹਨੇਰਾ ਪੈ ਗਿਆ ਅਤੇ ਰਹਿਣ ਨੂੰ ਮੇਰੇ ਕੋਲ ਕੋਈ ਥਾਂ ਨਹੀਂ ਹੈਗੀ,
ਤੇ ਉਹਨਾਂ ਨੇ ਫਿਰ ਕਿਹਾ ਮੈਨੂੰ, ਇੱਕ ਜਿਹੜੇ ਪਾਠ ਕਰ ਰਹੇ ਸੀ ਸਿੱਖ, ਉਹਨਾਂ ਨੇ ਫਿਰ ਉਹਨਾਂ ਨੇ ਦੱਸਿਆ ਭਗਤ ਜੀ ਨੇ ਵੀ ਮੈਂ 3 ਦਿਨ ਵਰਤ ਰੱਖਦਾ, ਰੋਟੀ ਨਹੀਂ, 3 ਦਿਨ ਵਰਤ ਰੱਖਦਾ ਹਫ਼ਤੇ ਦੇ ਵਿੱਚ। ਉਹ ਬੜੇ ਪ੍ਰਭਾਵਿਤ ਹੋਏ ਵੀ ਇਹ ਛੋਟਾ ਜਿਹਾ ਬੱਚਾ ਸਕੂਲ 'ਚ ਪੜ੍ਹਦਾ ਹਲੇ, ਤੇ ਇੰਨਾ ਧਾਰਮਿਕ ਹੈ ਵੀ 3 ਦਿਨ ਵਰਤ ਰੱਖਦਾ। ਉਹ ਕਹਿੰਦਾ ਚੱਲ ਤੂੰ ਸਾਡੇ ਘਰ ਚੱਲ। ਤੇ ਉਹ ਫਿਰ ਉਹਨਾਂ ਨੇ ਰੋਟੀ ਤਾਂ ਹੈ ਨਹੀਂ ਸੀ ਘਰ, ਕੋਈ ਬੰਦਾ ਵੀ ਨਹੀਂ ਸੀ ਹੋਰ, ਤੇ ਉਹਨਾਂ ਨੇ ਫਿਰ ਤੇ ਕਿਹਾ ਵੀ ਘਿਓ ਸ਼ੱਕਰ ਰਲਾ ਕੇ ਦੇ ਦਿੱਤਾ ਭਗਤ ਜੀ ਨੂੰ ਵੀ ਤੂੰ ਆ ਖਾ ਲੈ। ਤੇ ਉੱਥੇ ਹੀ ਰਾਤ ਕੱਟੀ। ਸਵੇਰੇ ਫਿਰ ਉਹ ਗੁਰਦੁਆਰਾ ਸਾਹਿਬ ਚਲੇ ਗਏ, ਨੇੜੇ ਗੁਰਦੁਆਰਾ ਸੀਗਾ ਰੇਨੂ ਸਾਹਿਬ ਗੁਰਦੁਆਰਾ, ਉੱਥੇ ਚਲੇ ਗਏ ਭਗਤ ਜੀ। ਉੱਥੇ ਜਾ ਕੇ ਉਹਨਾਂ ਨੇ ਦੇਖਿਆ ਵੀ ਉੱਥੇ ਤਾਂ ਲੰਗਰ ਵਰਤ ਰਿਹਾ, ਤੇ ਲੋਕੀ ਬੜੇ ਪਿਆਰ ਨਾਲ ਲੰਗਰ ਵਰਤਾ ਰਹੇ ਹੈ, ਉਹ ਮਿੱਠੇ ਚੌਲ ਹੈ, ਲੱਸੀ ਹੈ, ਤੇ ਉਹ ਬੜੇ ਖੁਸ਼ ਹੋਏ ਭਗਤ ਜੀ ਵੀ ਦਾਲਾ ਵਾਹਿਗੁਰੂ, ਲੱਸੀ ਵਾਹਿਗੁਰੂ, ਤਾਂ ਬੜੇ ਖੁਸ਼ ਹੋਏ ਵੀ ਐਡੇ ਪਿਆਰ ਸਤਿਕਾਰ ਨਾਲ ਉੱਥੇ ਮੈਨੂੰ ਮੰਦਰ ਚੋਂ ਉਠਾਤਾ ਝਟਕਾ ਦੇ ਕੇ, ਤੇ ਇੱਥੇ ਸਾਰੇ ਪਿਆਰ ਸਤਿਕਾਰ ਨਾਲ ਪ੍ਰਸ਼ਾਦਾ ਛਕਾਉਂਦੇ ਆ। ਤਾਂ ਜਿਹੜੀ ਉਹਨਾਂ ਨੂੰ ਫਿਰ ਭਗਤ ਜੀ ਨੂੰ ਮਹਿਸੂਸ ਹੋਇਆ ਵੀ ਉੱਥੇ ਕੁਛ ਲੋਕ ਸੇਵਾ ਕਰਦੇ ਪਏ ਸੀਗੇ, ਬਾਹਰ ਉਹਨਾਂ ਨੇ ਕਾਫੀ ਮਤਲਬ ਮੱਝਾਂ ਵਗੈਰਾ ਰੱਖੀਆਂ ਹੋਈਆਂ ਸੀ, ਬੜੀਆਂ ਤਗੜੀਆਂ ਸੀਗੀਆਂ, ਕੁਛ ਲੋਕ ਸੇਵਾ 'ਚ ਲੱਗੇ ਹੋਏ ਸੀ। ਤਾਂ ਭਗਤ ਜੀ ਨੇ ਪੁੱਛਿਆ ਵੀ ਇਹ ਤਨਖਾਹਦਾਰ ਨੇ? ਉਹ ਕਹਿੰਦੇ ਨਹੀਂ, ਇਹ ਸੇਵਾ ਕਰਦੇ ਆ, ਇਹਨਾਂ ਨੇ ਆਪਣੀ ਉਮਰ ਸੇਵਾ 'ਚ ਲਾਈ ਆ। ਜਿਵੇਂ ਭਗਤ ਜੀ ਨੂੰ ਇਹ ਮਹਿਸੂਸ ਹੋਇਆ ਵੀ ਇਹ ਸਭ ਤੋਂ ਵਧੀਆ ਘਰ ਹੈ ਦੁਨੀਆਂ ਦੇ ਵਿੱਚ, ਜਿੱਥੇ ਤੁਹਾਨੂੰ ਪ੍ਰਸ਼ਾਦਾ ਵੀ ਮਿਲਦਾ, ਰਹਿਣ ਨੂੰ ਥਾਂ ਵੀ ਮਿਲਦੀ ਹੈ, ਤੇ ਸੇਵਾ ਕਰਨ ਦਾ ਵੀ ਕੰਮ ਮਿਲਦਾ। ਮਤਲਬ ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਹੋਈ ਲੰਗਰ ਪ੍ਰਥਾ ਦਾ ਉਹਨਾਂ ਦੇ ਮਨ 'ਤੇ ਬਹੁਤ ਪ੍ਰਭਾਵ ਪਿਆ। ਲੰਗਰ ਪ੍ਰਥਾ ਇਹੋ ਜਿਹੀ ਪ੍ਰਥਾ ਹੈ ਜਦੋਂ ਪੰਗਤ ਦੇ ਵਿੱਚ ਲੰਗਰ ਛਕਾਇਆ ਜਾਂਦਾ ਤਾਂ ਕਿਸੇ ਦੇ ਨਾਲ ਕੋਈ ਭਿੰਨ ਭੇਦ ਨਹੀਂ ਕੀਤਾ ਜਾਂਦਾ, ਨਾ ਕਿਸੇ ਦੀ ਕੋਈ ਜਾਤ ਪਾਤ ਵਿਚਾਰੀ ਜਾਂਦੀ ਹੈ। ਇਹ ਨਹੀਂ ਦੇਖਿਆ ਜਾਂਦਾ ਕੌਣ ਉੱਚੀ ਜਾਤ ਦਾ, ਕੌਣ ਨੀਵੀਂ ਜਾਤ ਦਾ, ਜਾਂ ਕੌਣ ਕਿਸ ਧਰਮ ਨਾਲ ਸੰਬੰਧ ਰੱਖਦਾ। ਸਾਰਿਆਂ ਨੂੰ ਇੱਕ ਪੰਗਤ ਦੇ ਵਿੱਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ। ਮਤਲਬ ਇਹ ਹੋਇਆ ਕਿ ਇਸ ਚੀਜ਼ ਦਾ ਭਗਤ ਪੂਰਨ ਸਿੰਘ ਜੀ ਦੇ ਮਨ 'ਤੇ ਬਚਪਨ ਦੇ ਵਿੱਚ ਜਦੋਂ ਉਹ ਰਾਮ ਜੀ ਦਾਸ ਦੇ ਰੂਪ ਦੇ ਵਿੱਚ ਵਿਚਰ ਰਹੇ ਸਨ, ਉਸ ਸਮੇਂ ਉਹਨਾਂ ਦੇ ਮਨ 'ਤੇ ਬਹੁਤ ਪ੍ਰਭਾਵ ਪਿਆ। ਇਸ ਤੋਂ ਇਲਾਵਾ ਕੋਈ ਹੋਰ ਵੀ ਘਟਨਾ ਹੈਗੀ ਹੈ ਜਿਸ ਨੇ ਉਹਨਾਂ ਦੇ ਮਨ ਦੇ ਉੱਪਰ ਪ੍ਰਭਾਵ ਪਾਇਆ ਹੋਵੇ? ਫਿਰ ਉਹਨਾਂ ਨੇ ਦੇਖਿਆ ਕਿ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਿਹੜੇ ਸੀਗੇ ਮੁੱਖ ਸੇਵਾਦਾਰ, ਉਹ ਸੰਗਤਾਂ ਨੂੰ ਲੈ ਕੇ ਬੈਠੇ ਸੀ ਤੇ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਸੁਣਾ ਰਹੇ ਸੀ। ਤੇ ਉਹਨਾਂ ਨੂੰ ਫਿਰ ਲੱਗਿਆ ਵੀ ਇਕੱਲੇ ਇਕੱਲੇ ਸਰੀਰ ਦੀ ਤ੍ਰਿਪਤੀ ਨਹੀਂ ਹੁੰਦੀ, ਇੱਥੇ ਆਤਮਾ ਦੀ ਵੀ ਤ੍ਰਿਪਤੀ ਹੁੰਦੀ ਹੈ। ਆਤਮਾ ਨੂੰ ਵੀ ਜਿਹੜਾ ਭੋਜਨ ਹੈ, ਗਿਆਨ ਰੂਪੀ ਭੋਜਨ ਮਿਲਦਾ ਹੈਗਾ। ਦੂਸਰੀ ਘਟਨਾ ਇਹ ਹੋਈ ਕਿ ਜਦੋਂ ਫਤਿਹਗੜ੍ਹ ਸਾਹਿਬ ਜੋੜ ਮੇਲਾ ਹੁੰਦਾ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ, ਤਾਂ ਉੱਥੇ ਭਗਤ ਜੀ ਚਲੇ ਗਏ ਆਪਣੀ ਮਾਤਾ ਨੂੰ ਪੁੱਛ ਕੇ ਵੀ ਮੈਂ ਵੀ ਜਾਣਾ ਹੈਗਾ ਉੱਥੇ। ਉਹ ਫਿਰ ਜਦੋਂ ਉੱਥੇ ਗਏ, ਉੱਥੇ ਉਹਨਾਂ ਨੇ ਦੇਖਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਸੀ ਜਿਹੜਾ, ਉਹ ਚੌਰ ਕਰਦਾ ਜਾ ਰਿਹਾ ਸੀਗਾ ਗੁਰੂ ਮਹਾਰਾਜ ਦੇ। ਜਦੋਂ ਨਗਰ ਕੀਰਤਨ ਨਿਕਲਦਾ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਨੂੰ ਜਾਂਦਾ, ਤੇ ਨੰਗੇ ਪੈਰੀ ਮਹਾਰਾਜਾ ਭੁਪਿੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਤੇ ਚੌਰ ਕਰ ਰਿਹਾ ਸੀਗਾ। ਫਿਰ ਦੀਵਾਨ ਸਜਿਆ, ਤਾਂ ਫਿਰ ਜਦੋਂ ਦੇਖਿਆ ਕਿ ਦੀਵਾਨ ਦੇ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਵੀ ਭੁੰਜੇ ਬੈਠਾ ਸੀ, ਤੇ ਉਹਦੇ ਜਿਹੜੇ 2 ADC ਸੀਗੇ ਉਹ ਸਰਦਾਰ ਸੀ, ਉਹਨਾਂ ਨੇ ਦੋਹਰੀ ਪੱਗ ਬੰਨੀ ਹੋਈ ਸੀ ਤੇ ਦਾੜੀ ਬੰਨੀ ਹੋਈ ਸੀਗੀ ਜਿਵੇਂ ਫੌਜੀ ਬੰਨਦੇ ਆ, ਤਾਂ ਬੜੇ ਸੁੰਦਰ ਲੱਗੇ ਭਗਤ ਜੀ ਨੂੰ। ਤੇ ਉਹਨਾਂ ਨੂੰ ਲੱਗਿਆ ਵੀ ਅਸੀਂ ਜਿਹੜੀ ਸੁੰਦਰਤਾ ਹੈਗੀ ਉਹ ਕੇਸਾਂ ਨਾਲ, ਬਿਨਾਂ ਕੇਸਾਂ ਤੋਂ ਕੋਈ ਸੁੰਦਰਤਾ ਨਹੀਂ ਹੈ ਚਿਹਰੇ ਦੇ ਉੱਤੇ। ਤੇ ਫਿਰ ਸਭ ਨੂੰ ਬਰਾਬਰ ਇੱਕ ਥਾਂ ਬਿਠਾਇਆ ਜਾਂਦਾ ਇੱਥੇ ਗੁਰਦੁਆਰੇ 'ਚ, ਕੋਈ ਭੇਦਭਾਵ ਨਹੀਂ ਹੈਗਾ, ਚਾਹੇ ਮਹਾਰਾਜਾ ਹੈ ਚਾਹੇ ਕੋਈ ਗਰੀਬ ਹੈ, ਉਹ ਸਾਰੇ ਇੱਕ ਬਰਾਬਰ ਬੈਠੇ ਆ। ਤੇ ਫਿਰ ਇੱਕ ਮਹਾਰਾਜਾ ਵੀ ਚੌਰ ਕਰ ਸਕਦਾ ਜੋ ਨੰਗੇ ਪੈਰ ਜਾ ਰਿਹਾ ਕਿ, ਤਾਂ ਉੱਥੇ ਫਿਰ ਉਹ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਬਹੁਤ ਪ੍ਰਭਾਵਿਤ ਹੋਏ ਭਗਤ ਪੂਰਨ ਸਿੰਘ ਜੀ, ਤਾਂ ਮਨ ਕਰਕੇ ਉੱਥੋਂ ਸਿੱਖ ਬਣ ਕੇ ਨਿਕਲੇ। ਫਿਰ ਉਹਨਾਂ ਨੇ ਖੰਡੇ ਬਾਟੇ ਦੀ ਪੌਲ ਕਦੋਂ ਲਈ ਜਦੋਂ ਉਹਨਾਂ ਦੇ ਮਨ ਦੇ ਉੱਪਰ ਇਹ ਪ੍ਰਭਾਵ ਪੈ ਗਿਆ ਕਿ ਲੰਗਰ ਪ੍ਰਥਾ ਬੜੀ ਸ਼ਾਨਦਾਰ ਪ੍ਰਥਾ, ਇੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ, ਗੁਰੂ ਘਰ ਦੇ ਵਿੱਚ ਕੋਈ ਵਿਤਕਰਾ ਨਹੀਂ ਹੁੰਦਾ, ਫਿਰ ਉਹਨਾਂ ਨੂੰ ਸਿੱਖੀ ਸਰੂਪ ਬੜਾ ਸੋਹਣਾ ਲੱਗਾ, ਦਸਤਾਰ ਬੜੀ ਸੋਹਣੀ ਲੱਗੀ, ਫਿਰ ਉਹਨਾਂ ਨੇ ਖੰਡੇ ਬਾਟੇ ਦੀ ਪਹੁਲ ਕਦੋਂ ਲਈ, ਕਦੋਂ ਆ ਕੇ ਉਹ ਪੂਰੇ ਸਿੱਖੀ ਸਰੂਪ ਦੇ ਵਿੱਚ ਆਏ? ਨਹੀਂ, ਇਸ ਬਾਰੇ ਕਿਤੇ ਉਹਨਾਂ ਨੇ ਗੱਲ ਵੀ ਨਹੀਂ ਕੀਤੀ ਮੇਰੇ ਨਾਲ, ਤੇ ਕਿਤੇ ਲਿਖਿਆ ਵੀ ਨਹੀਂ ਹੈਗਾ ਵੀ ਉਹਨਾਂ ਨੇ ਅੰਮ੍ਰਿਤ ਕਦੋਂ ਛਕਿਆ। ਇਸ ਬਾਰੇ ਇਹਦੇ ਬਾਰੇ ਕਿਉਂਕਿ ਮੈਨੂੰ ਪਤਾ ਨਹੀਂ ਹੈਗਾ, ਇਸ ਕਰਕੇ ਮੈਂ ਕੁਛ ਕਹਿ ਨਹੀਂ ਸਕਦੀ, ਪਰ ਉਹਨਾਂ ਅਸਲੀ ਡਿਵੋਟਿਡ ਸਿੱਖ ਜਿਹੜੇ ਸੀ ਉਹ ਭਗਤ ਪੂਰਨ ਸਿੰਘ ਹੀ ਮੈਨੂੰ ਨਜ਼ਰ ਹੀ ਆਏ। ਤੇ ਫਿਰ ਜਦੋਂ ਉਹਨਾਂ ਦਾ ਮਾਤਾ ਜੀ ਸੀ ਜਿਹੜੇ ਮਿੰਟ ਕੁਮਰੀ ਤੋਂ ਲਾਹੌਰ ਚਲੇ ਗਏ, ਉਧਰੋਂ ਭਗਤ ਜੀ ਦਾ ਧਿਆਨ ਦਾ ਰਿਜ਼ਲਟ ਆ ਗਿਆ, 10ਵੀਂ ਚੋਂ ਫੇਲ ਹੋ ਗਏ, ਤੇ ਫਿਰ ਭਗਤ ਜੀ ਕੋਲ ਮਾਤਾ ਜੀ ਕੋਲ ਚਲੇ ਗਏ ਲਾਹੌਰ। ਜਦੋਂ ਲਾਹੌਰ ਗਏ ਤੇ ਉੱਥੇ ਫਿਰ ਲਾਹੌਰ ਜਿੱਥੇ ਮਾਤਾ ਜੀ ਕੰਮ ਕਰਦੇ ਸੀ ਕਿਸੇ ਦੇ ਘਰ, ਉਹਦਾ ਨਾਂ ਹਰਨਾਮ ਸਿੰਘ ਸੀ, ਉਹਨਾਂ ਦੇ ਘਰ ਭਗਤ ਜੀ ਵੀ ਚਲੇ ਗਏ। ਤਾਂ ਫਿਰ ਉੱਥੇ ਮਾਤਾ ਜੀ ਚਾਹੁੰਦੇ ਸੀ ਉੱਥੇ ਵੀ ਦਾਖਲ ਹੋਏ ਇੱਕ ਵਾਰੀ ਖਾਲਸਾ ਕਾਲਜ ਖਾਲਸਾ ਸਕੂਲ ਦੇ ਵਿੱਚ,
और 10वीं पास ना कर सके भगत जी। मैं भगत जी ने पूछा, मैं तुसी इन्ने लायक हो, इन्नियां किताबां पढ़ लैंदे हो, सारा इन्ना कुछ पढ़िया लिखिया, फेल क्यों होए? कहिंदे मैनूं हिसाब नहीं आउंदा सी। तो उन्हां दी जिहड़ी मैथ नहीं सी आउंदा, अज वी बच्चें दी प्रॉब्लम हुंदी है कि उहनां नूं हिसाब नहीं आउंदा, कई बच्चे फेल हो जांदे ने। पर भगत सिंह जी नूं बेशक मैथ नहीं आउंदा, पर उहनां ने जो दुनिया दे विच सेवा कीती, बहुत वड्डी सेवा, उस दी मिसाल संसार दे इतिहास विच किधरे नहीं मिलदी। बीबी जी, मैं इत्थे इक सवाल होर मेरे मन च आया कि जदों मैं इतिहास पढ़ रहा सां तां उहनां दा नाता गुरद्वारा डेरा साहिब लाहौर दे नाल बहुत गूढ़ा नाता रहा। गुरु अर्जन साहब महाराज तत्ती तवी ते बैठे डेरा साहिब लाहौर, उस अस्थान ते पंचम पातशाह गुरु अर्जन साहब महाराज की शहादत हुई, उस अस्थान दे नाल भगत जी का नाता किवें जुड़िया? ਉਹ ਫਿਰ ਮਾਤਾ ਜੀ ਚਾਹੁੰਦੇ ਸੀ ਵੀ ਮੇਰਾ ਮੁੰਡਾ ਕਿਤੇ ਨੌਕਰੀ ਕਰ ਲਵੇ। ਉਹਨਾਂ ਨੇ ਜਿਹੜਾ ਹਰਨਾਮ ਸਿੰਘ ਦੇ ਘਰ ਕੰਮ ਕਰਦੇ ਸੀ, ਉਹਨਾਂ ਨੂੰ ਕਿਹਾ ਵੀ ਮੁੰਡੇ ਨੂੰ ਕਿਤੇ ਕੰਮ ਲਵਾਓ, ਤੇ ਉਹ ਉਹਨਾਂ ਨੂੰ ਪਤਾ ਨਹੀਂ ਭਗਤ ਜੀ 'ਚ ਕੁਛ ਦਿਸਿਆ ਨਜ਼ਰ ਆਇਆ। ਉਹ ਕਹਿੰਦੇ ਨਹੀਂ, ਇਹ ਨੌਕਰੀ ਨਹੀਂ ਕਰੇਗਾ, ਇਹਨੇ ਬੜਾ ਕੁਛ ਕਰਨਾ ਦੁਨੀਆਂ ਦੇ ਵਿੱਚ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਚਲੋ ਚਲੋ ਛੁੱਟੀਆਂ ਨੇ, ਭਗਤ ਜੀ ਨੂੰ ਕਿਹਾ ਵੀ ਤੂੰ ਘਰ ਬੈਠਾ ਕੀ ਕਰਦਾ ਸਾਰਾ ਦਿਨ, ਤਾਂ ਤੂੰ ਗੁਰਦੁਆਰੇ ਜਾਇਆ ਕਰ, ਗੁਰਦੁਆਰਾ ਡੇਰਾ ਸਾਹਿਬ। ਜਦੋਂ ਜੋ ਵੀ ਕਿਸੇ ਨੂੰ ਕੁਛ ਪ੍ਰਾਪਤ ਹੋਇਆ ਸੰਸਾਰ ਦੇ ਵਿੱਚ, ਉਹ ਗੁਰੂ ਘਰ ਤੋਂ ਹੀ ਪ੍ਰਾਪਤ ਹੋਇਆ, ਤੇ ਤੂੰ ਇਸ ਕਰਕੇ ਗੁਰੂ ਘਰ ਜਾਣਾ ਸ਼ੁਰੂ ਕਰ ਦੇ। ਕਹੇ ਭਗਤ ਜੀ ਨੇ ਇੱਥੇ ਗੁਰੂ ਘਰ ਜਾਣਾ ਸ਼ੁਰੂ ਕਰ ਦਿੱਤਾ, ਗੁਰਦੁਆਰਾ ਡੇਰਾ ਸਾਹਿਬ ਸੇਵਾ ਕਰਨ ਲਈ ਘਰ ਸ਼ੁਰੂ ਕਰ ਦਿੱਤੇ। ਤੁਹਾਨੂੰ ਪਤਾ ਹੀ ਹੈ ਕਿ ਅੱਜ ਤਾਂ ਖੈਰ ਬਹੁਤ ਹੀ ਹੁਣ ਸਮਾਂ ਖਰਾਬ ਹੈ ਕਿ ਕੋਈ ਆਪਣੇ ਬੱਚਿਆਂ ਨੂੰ ਗੁਰਦੁਆਰੇ ਦੀ ਸੇਵਾ 'ਚ ਨਹੀਂ ਲਾਉਂਦੇ। ਪਹਿਲਾਂ ਰਿਵਾਜ ਸੀਗਾ ਵੀ ਕੋਈ ਕਈ ਕਈ ਮਾਵਾਂ ਜਿਹੀ ਮਾਂ ਪਿਓ ਆਪਣੇ ਬੱਚੇ ਨੂੰ ਗੁਰਦੁਆਰੇ ਚੜ੍ਹਾ ਦਿੰਦੇ ਸੀ, ਗੁਰਦੁਆਰੇ ਦੀ ਸੇਵਾ ਵਾਸਤੇ ਪੱਕੇ ਹੀ ਹਾਜ਼ਰ ਕਰ ਦਿੰਦੇ ਸੀਗੇ। ਪਰ ਅੱਜ ਕੱਲ੍ਹ ਤਾਂ ਲੋਕੀ ਗੁਰਦੁਆਰੇ ਸੇਵਾ ਕਰਨ ਨੂੰ ਮਹਾਨ ਨਹੀਂ ਸਮਝਦੇ ਹੈਗੇ। ਤਾਂ ਅੱਜ ਕੱਲ੍ਹ ਜਿਹੜੀ ਸਾਡੀ ਸੋਚ ਆ ਮਾਇਆਧਾਰੀਆਂ ਵਾਲੀ ਹੋ ਗਈ ਹੈ। ਅਸੀਂ ਇਸ ਗੁਰਦੁਆਰੇ ਸੇਵਾ ਕਰਨ ਨੂੰ ਸਮਝਦੇ ਹਾਂ ਵੀ ਬਿਲੋ ਡਿਗਨਿਟੀ ਹੈ ਸਾਡੀ, ਸ਼ਾਨ ਦਾ ਫਰਕ ਪੈਂਦਾ, ਸ਼ਾਨ ਤੋਂ ਫਰਕ ਪੈਂਦਾ। ਭਾਵ ਉਸ ਵੇਲੇ ਸਮਾਂ ਨਹੀਂ ਸੀ ਹੈਗਾ, ਪਰ ਫਿਰ ਵੀ ਅਜੇ ਵੀ ਕਮੀ ਸੀਗੀ ਸੇਵਾਦਾਰਾਂ ਦੀ। ਅਤੇ ਉੱਥੇ ਜਿਹੜੇ ਮਹੰਤ ਸਨ ਉਹਨਾਂ ਨੇ ਦੇਖਿਆ ਵੀ ਇਹ ਭਗਤ ਜੀ ਬੜੇ ਮਨ ਨਾਲ ਸੇਵਾ ਕਰ, ਪਰ ਉਦੋਂ ਪੂਰਨ ਸਿੰਘ ਰਾਮ ਜੀ ਦਾਸ ਸੀ ਜਾਂ ਕਿਵੇਂ ਸੀ, ਉਹਨਾਂ ਨੇ ਕਿਹਾ ਵੀ ਇਹ ਮੁੰਡਾ ਆਉਂਦਾ ਹੈ ਅਤੇ ਬੜੇ ਪਿਆਰ ਨਾਲ ਸੇਵਾ ਕਰਦਾ, ਅਤੇ ਸੇਵਾਦਾਰ ਨੂੰ ਕਿਹਾ ਵੀ ਡੂੰਡਾ ਜਿਹੜਾ ਨਾ ਕੜਾਹ ਪ੍ਰਸ਼ਾਦ ਦਾ ਇਹਦੇ ਵਾਸਤੇ ਰੱਖ ਛੱਡਿਆ ਕਰ, ਇਹ ਇੱਥੋਂ ਨਾ ਨਿਕਲ ਜਾਵੇ ਕਿਤੇ। ਤਾਂ ਇਹ ਉਦੋਂ ਵੀ ਘਾਟ ਸੀਗੀ, ਹੁਣ ਤਾਂ ਖੈਰ ਬਹੁਤ ਘਾਟ ਹੈ, ਕੋਈ ਵੀ ਚੰਗੇ ਬੰਦੇ ਆ ਗੁਰਦੁਆਰਾ ਸਾਹਿਬ ਆਪਣੇ ਆਪ ਨੂੰ ਸਮਰਪਿਤ ਘੱਟ ਕਰਦੇ ਆ। ਤਾਂ ਉਸ ਵੇਲੇ ਵੀ ਇਹੀ ਜਿਹੀ ਗੱਲ ਸੀਗੀ। ਤਾਂ ਉਹ ਪੰਤ ਜੀ ਨੇ ਫਿਰ ਪਿਆਰ ਵੀ ਕਰਨਾ ਭਗਤ ਜੀ ਨੂੰ, ਅਤੇ ਉਹਨਾਂ ਵਾਸਤੇ ਸਪੈਸ਼ਲ ਕੜਾ ਪ੍ਰਸ਼ਾਦ ਦਾ ਡੂਣਾ ਰੱਖਣਾ। ਤੇ ਫਿਰ ਇਸ ਉੱਥੇ ਫਿਰ ਲਾਇਬ੍ਰੇਰੀ ਸੀ ਨੇੜੇ, ਉੱਥੇ ਵੀ ਭਗਤ ਜੀ ਲਾਇਬ੍ਰੇਰੀ 'ਚ ਪੜ੍ਹਨ ਜਾਂਦੇ ਸੀਗੇ, ਰਾਤ ਨੂੰ ਸ਼ਾਮ ਤੱਕ ਦਿਨ 'ਚ ਸੇਵਾ ਕਰਦੇ ਸੀਗੇ। ਫਿਰ ਉਹਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ 1930 ਦੇ ਵਿੱਚ। ਫਿਰ ਉਹਨਾਂ ਕੋਲ ਹੋਰ ਕਿਹੜੀ ਥਾਂ, ਹੋਰ ਕੋਈ ਥਾਂ ਨਹੀਂ ਸੀ ਹੈਗੀ ਕਿਤੇ ਜਾਣ ਨੂੰ, ਉਹਨਾਂ ਦਾ ਕੋਲ ਕੋਈ ਘਰ ਨਹੀਂ ਸੀ ਹੈਗਾ। ਪਰ ਉਹਨਾਂ ਨੇ ਜਦੋਂ ਗੁਰਦੁਆਰਾ ਰੂਪ ਸਾਹਿਬ ਗਏ ਸੀ, ਉਹਦੇ ਮਨ ਵਿੱਚ ਸੋਚ ਰਿਹਾ ਸੀ ਵੀ ਇਦੋਂ ਵਧੀਆ ਘਰ ਹੋਰ ਸੰਸਾਰ 'ਚ ਕਿਤੇ ਹੋਰ ਨਹੀਂ ਸਕਦਾ, ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਤੁਹਾਨੂੰ ਰਹਿਣ ਨੂੰ ਵੀ ਥਾਂ ਮਿਲਦੀ ਹੈ, ਲੰਗਰ ਵੀ ਮਿਲਦਾ, ਅਤੇ ਉਸ ਸਭ ਤੋਂ ਵੱਧ ਗੱਲ ਹੈ ਜਿਹੜਾ ਤੁਹਾਨੂੰ ਗਿਆਨ ਪ੍ਰਾਪਤ ਹੁੰਦਾ ਉੱਥੋਂ। ਅਤੇ ਜਿਹੜਾ ਗੁਰਦੁਆਰਾ ਡੇਰਾ ਸਾਹਿਬ ਸੀ ਉਹਦੇ ਨੇੜੇ ਲਾਇਬ੍ਰੇਰੀ ਸੀਗੀ ਬਹੁਤ ਵੱਡੀ, ਔਰ ਭਗਤ ਜੀ ਫਿਰ ਉਹ ਲਾਇਬ੍ਰੇਰੀਆਂ 'ਚ ਜਾਂਦੇ ਸੀ, ਪੜ੍ਹਦੇ ਸੀ, ਔਰ ਬਹੁਤ ਸਾਰਾ ਉਹਨਾਂ ਨੇ ਗਿਆਨ ਜਿਹੜਾ ਲਾਇਬ੍ਰੇਰੀ 'ਚੋਂ ਪ੍ਰਾਪਤ ਕੀਤਾ। ਕੁਛ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਹੁੰਦੇ ਰਹਿੰਦੇ ਸੀ, ਕਥਾ ਕੀਰਤਨ ਹੁੰਦੇ ਰਹਿੰਦੇ ਸੀ, ਵਿਦਵਾਨ ਵੀ ਆਉਂਦੇ ਹੁੰਦੇ ਸੀ ਮੱਥਾ ਟੇਕਣ, ਉਹਨਾਂ ਨਾਲ ਵੀ ਭਗਤ ਜੀ ਦਾ ਸੰਬੰਧ ਹੋ ਜਾਂਦਾ ਸੀ। ਅਤੇ ਦਿਨੇ ਤਾਂ ਭਗਤ ਜੀ ਸਾਰਾ ਦਿਨ ਸੇਵਾ ਕਰਦੇ ਸੀ ਗੁਰਦੁਆਰੇ, ਕਦੇ ਭਾਂਡੇ ਮਾਂਜਣ ਦੀ, ਕਦੇ ਬੋਕਰ ਦੇਣ ਦੀ, ਕਦੇ ਲੰਗਰ ਛਕਾਉਣ। ਇਹ ਜਿਹੜੀ ਸੇਵਾ ਹੈ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਦੇ ਨਾਲ ਜਿਹੜਾ ਨਾਤਾ ਸੀ, ਇਹ ਕਿੰਨੇ ਸਾਲ ਜੁੜਿਆ ਰਿਹਾ, ਕਦੋਂ ਤੱਕ ਇਹ ਨਾਤਾ ਜੁੜਿਆ ਰਿਹਾ, ਅਤੇ ਕਿੰਨੇ ਕੁ ਸਾਲ ਗੁਰਦੁਆਰਾ ਡੇਰਾ ਸਾਹਿਬ ਵਿਖੇ ਭਗਤ ਜੀ ਸੇਵਾ ਕਰਦੇ ਰਹੇ, ਅਤੇ ਲਾਇਬ੍ਰੇਰੀ ਦੇ ਵਿੱਚ ਜਾ ਕੇ ਗੁਰਮਤ ਦਾ ਇਤਿਹਾਸ, ਗੁਰਮਤ ਦੀ ਜਿਹੜੀ ਜਾਣਕਾਰੀ ਉਹ ਹਾਸਲ ਕਰਦੇ ਰਹੇ? 24 ਸਾਲ, ਇਹ ਸਮਾਂ 24 ਸਾਲ ਦਾ ਸੀ। ਔਰ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਵੀ ਚਿੱਠੀ ਕਿਸੇ ਨੂੰ ਲਿਖਦੇ ਸੀ, ਮੈਨੂੰ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ, ਅਤੇ ਹਰ ਚਿੱਠੀ ਦੇ ਅਖੀਰ 'ਤੇ ਲਿਖਦੇ ਹੁੰਦੇ ਸੀ ਭਗਤ ਪੂਰਨ ਸਿੰਘ ਰਹਿ ਚੁੱਕਿਆ ਸੇਵਾਦਾਰ, 24 ਸਾਲ ਰਹਿ ਚੁੱਕਿਆ ਸੇਵਾਦਾਰ ਗੁਰਦੁਆਰਾ ਡੇਰਾ ਸਾਹਿਬ ਸ਼ਹੀਦੀ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਏਦਾਂ ਮਤਲਬ ਏਡਾ ਲੰਬਾ ਉਹਨਾਂ ਦਾ ਥੱਲੇ ਦਸਖਤ ਹੁੰਦੇ ਸੀਗੇ, ਅਤੇ 24 ਸਾਲ ਸੇਵਾ ਨੂੰ ਉਹਨਾਂ ਨੂੰ ਆਪਣੇ ਆਪ ਨੂੰ ਬੜੀ ਮਹਾਨ ਗੱਲ ਲੱਗਦੀ ਸੀ। ਔਰ ਫਿਰ ਇੰਨੇ ਹਾਲਾਤ ਮਤਲਬ ਇਹੋ ਜਿਹੇ ਸੀ ਕਿ ਉਹਨਾਂ ਨੂੰ ਉਹਨਾਂ ਨੇ ਕੰਪਾਊਂਡਰੀ ਵੀ ਸਿੱਖਣੀ ਸ਼ੁਰੂ ਕੀਤੀ ਇੱਕ ਵਾਰੀ, ਵੀ ਮੈਂ ਕੰਪਾਊਂਡਰੀ ਸਿੱਖ ਲਾਂ। ਉਹ ਇਸ ਤਰ੍ਹਾਂ ਹੋਇਆ, ਇਹ ਵੀ ਬੜੀ ਇਤਿਹਾਸਕ ਘਟਨਾ ਹੈਗੀ ਹੈ।
ਕਿ ਕੋਈ ਉੱਥੇ ਜਿੱਥੇ ਮਾਤਾ ਜੀ ਕੋਲ ਰਹਿੰਦੇ ਸੀ ਉੱਥੇ ਕਿਸੇ ਨੇ ਕਿਹਾ ਵੀ ਇੱਕ ਬਜ਼ੁਰਗ ਹੈਗਾ, ਉਹਦਾ ਕੋਈ ਹੈ ਨਹੀਂ ਅਤੇ ਉਹ ਹਸਪਤਾਲ ਦਾਖਲ ਹੈ, ਅਤੇ ਤੂੰ ਉਹਦੀ ਸੇਵਾ ਕਰ ਲਿਆ ਕਰ, ਥੋੜ੍ਹੇ ਦਿਨ ਉਹਦੀ ਸੇਵਾ ਕਰ ਲਿਆ ਕਰ। ਅਤੇ ਭਗਤ ਜੀ ਉਹਦੀ ਸੇਵਾ ਕਰਨ ਲੱਗ ਗਏ ਹਸਪਤਾਲ ਵਿੱਚ ਜਾ ਕੇ। ਜਦੋਂ ਉਹਨਾਂ ਨੇ ਦੇਖਿਆ ਵੀ ਹਸਪਤਾਲ 'ਚ ਵੀ ਬੜੇ ਲੋਕ ਇਹੋ ਜਿਹੇ ਨੇ, ਮਰੀਜ਼ ਨੇ ਜਿਹੜੇ ਜਿਹਨਾਂ ਦਾ ਕੋਈ ਹੈ ਨਹੀਂ, ਤਾਂ ਫਿਰ ਉਹਨਾਂ ਦੇ ਮਨ ਬਣਾਇਆ ਕਿ ਮੈਂ ਕਿਉਂ ਨਾ ਕੰਪਾਊਂਡਰੀ ਸਿੱਖ ਲਾਂ। ਫਿਰ ਉਹਨਾਂ ਨੇ ਕੰਪਾਊਂਡਰੀ ਸਿੱਖਣੀ ਸ਼ੁਰੂ ਕਰਤੀ, ਉਹਦਾ ਕੋਰਸ ਸਿੱਖਣਾ ਸ਼ੁਰੂ ਕਰਤਾ। ਜਿੱਥੇ ਸਿੱਖਦੇ ਸੀ ਇੱਕ ਉਹ ਬਜ਼ੁਰਗ ਨਾਲ ਹੀ ਬੜੀ ਇੰਟਰਸਟਿੰਗ ਘਟਨਾ ਹੋਈ, ਜਿਹੜੀ ਮੈਨੂੰ ਹੁਣੇ ਥੋੜ੍ਹੀ ਦੇਰ ਹੋਈ ਪਤਾ ਲੱਗੀ ਹੈ, ਜਿਹੜੀ ਪਹਿਲਾਂ ਕਿਸੇ ਕਿਤਾਬ 'ਚ ਨਹੀਂ ਸੀ ਮੇਰੀ, ਅੱਜ ਐਤਕੀ ਸਾਨੂੰ ਕਿਸੇ ਕਿਤਾਬ 'ਚ ਭਗਤ ਦਾ ਲਿਖਿਆ ਹੋਇਆ ਮਿਲਿਆ। ਜ਼ਰੂਰ ਦੱਸੋ। ਉਹ ਗੱਲ ਬੜੀ ਇੰਟਰਸਟਿੰਗ ਹੈ ਕਿ ਉਹ ਜਿਹੜਾ ਬਜ਼ੁਰਗ ਸੀ ਨਾ, ਉਹ ਇਹਨਾਂ ਕੋਲੋਂ ਦੁੱਧ ਮੰਗਵਾਉਂਦਾ ਸੀ ਬਾਜ਼ਾਰੋਂ ਵੀ, ਜਾ ਦੁੱਧ ਲਿਆ। ਅਤੇ ਉੱਥੇ ਕੋਈ ਲਾਹੌਰ ਦੁਕਾਨ ਸੀ ਜਿੱਥੇ ਵਧੀਆ ਦੁੱਧ ਮਿਲਦਾ ਸੀ, ਇਹਦੀ ਮਲਾਈ ਬਹੁਤ ਆਉਂਦੀ ਸੀਗੀ, ਉਹ 4 ਆਨੇ ਕਿਲੋ ਸੀ। ਅਤੇ ਇੱਕ ਗੁਆਂਢ ਵਿੱਚ ਜਿੱਥੇ ਹਸਪਤਾਲ ਦੇ ਨੇੜੇ ਇੱਕ ਦੁਕਾਨ ਸੀ, ਉਹ 3.5 ਆਨੇ ਰੁਪਏ 3.5 ਆਨੇ ਕਿਲੋ ਦੁੱਧ ਮਿਲਦਾ ਸੀ, ਸੇਰ ਉਦੋਂ ਸੇਰ ਹੋਣੇ ਨੇ। ਤਾਂ ਭਗਤ ਜੀ ਨੇ ਨਾ, ਉਹਨੇ ਕਹਿਣਾ ਉੱਥੋਂ ਲਿਆਉਣਾ ਜਿੱਥੇ 4 ਆਨੇ ਵਾਲਾ ਵਧੀਆ ਦੁੱਧ ਲਿਆਉਣਾ। ਭਗਤ ਜੀ ਨੇ 3.5 ਆਨੇ ਵਾਲੇ ਕੋਲ ਦੁੱਧ ਲਿਆਉਣਾ ਸ਼ੁਰੂ ਕਰਤਾ। ਉਹਨੂੰ ਪਤਾ ਲੱਗ ਗਿਆ ਵੀ ਇਹ ਦੁੱਧ ਦੀ ਮਲਾਈ ਘੱਟ ਆਉਂਦੀ ਹੈ, ਇਹ ਕੋਈ ਗੜਬੜ ਹੈਗੀ ਹੈ। ਉਹ ਕਹਿੰਦੇ ਤੂੰ ਕਿੱਥੋਂ ਲੈ ਕੇ ਆਉਣਾ, ਝੂਠ ਤਾਂ ਬੋਲਣ ਦੇ ਸਵਾਈ ਨਹੀਂ ਸੀ ਭਗਤ ਜੀ ਦਾ। ਕਹਿੰਦੇ ਇੱਥੋਂ ਲਿਆਉਣਾ ਮੈਂ ਨੇੜੇ। ਕਹਿੰਦੇ ਤੂੰ ਉੱਥੋਂ ਕਿਉਂ ਨਹੀਂ ਲਿਆਉਂਦਾ ਜਿੱਥੋਂ ਤੈਨੂੰ ਕਿਹਾ ਸੀ 4 ਆਨੇ ਕਿਲੋ? ਤੂੰ ਹੀ ਰੈਫਰੀ ਕਰਦਾ ਕੀ ਕਰਦਾ, ਤੇਰਾ ਕੀ ਦਿਲਚਸਪੀ ਹੈ ਵੀ ਤੂੰ 3.5 ਆਨੇ ਕਿਲੋ? ਉਹ ਨਾਰਾਜ਼ ਹੋ ਗਿਆ, ਕਹਿੰਦਾ ਮੈਂ ਤੈਨੂੰ ਕੱਢ ਦੇਣਾ, ਤੂੰ ਚਲਾ ਜਾ ਇੱਥੋਂ, ਦਫ਼ਾ ਹੋ ਜਾ। ਤੇ ਭਗਤ ਜੀ ਕਹਿੰਦੇ ਵੀ ਜੇ ਮੈਨੂੰ ਕੱਢਤਾ ਮੇਰੀ ਮਾਂ ਕੀ ਸੋਚੇਗੀ, ਵੀ ਕਿਸੇ ਜੋਗਾ ਵੀ ਨਹੀਂ ਹੈਗਾ। ਬੜੇ ਤਰਲੇ ਕੀਤੇ, ਕਹਿੰਦੇ ਮੈਂ ਉਹਦੇ ਸਰਦਾਰ ਜੀ ਕਿ ਮੈਨੂੰ ਮੇਰੀ ਗੱਲ ਤਾਂ ਸੁਣ ਲਓ ਇੱਕ ਵਾਰੀ, ਫਿਰ ਤੁਸੀਂ ਬੇਸ਼ੱਕ ਮੈਨੂੰ ਹਟਾ ਦੇਣਾ, ਇੱਕ ਵਾਰੀ ਮੇਰੀ ਗੱਲ ਸੁਣੋ। ਕਹਿੰਦੇ ਬਹੁਤ ਤਰਲੇ ਕੀਤੇ। ਉਹ ਦੱਸਣਾ ਚਾਹੁੰਦੇ ਸੀ ਵੀ ਸਸਤਾ ਦੁੱਧ ਕਿਉਂ ਲੈ ਕੇ ਆਉਂਦੇ? ਉਹ ਫਿਰ ਉਹ ਮੰਨ ਗਏ, ਉਹ ਮੰਨ ਗਿਆ, ਚਲੋ ਕਹਿੰਦੇ ਦੱਸ ਕੀ ਗੱਲ ਹੈ, ਤੂੰ ਇਸ ਭਾਈ ਕੋਲੋਂ ਦੁੱਧ ਕਿਉਂ ਲਿਆਂਦਾ ਸੀ 3.5 ਆਨੇ ਕਿਲੋ? ਉਹ ਕਹਿੰਦੇ ਮੈਂ ਨਾ ਕਿਤੇ ਬਹੁਤ ਦੇਰ ਪਹਿਲਾਂ ਇਹ ਪੜ੍ਹਿਆ ਸੀ ਜਾਂ ਸੁਣਿਆ ਸੀਗਾ ਵੀ ਜਿਹੜਾ ਤੁਹਾਡੇ ਗੁਆਂਢ ਵਿੱਚ ਕੋਈ ਚੀਜ਼ ਵੇਚਦਾ ਭਾਈ, ਜੇ ਤੁਸੀਂ ਉਹਦੇ ਕੋਲੋਂ ਨਹੀਂ ਖਰੀਦੋਗੇ ਤੇ ਉਹਦੇ ਬੱਚੇ ਭੁੱਖੇ ਮਰਨਗੇ, ਜੇ ਤੁਸੀਂ ਨਹੀਂ ਖਰੀਦੋਗੇ ਤਾਂ ਹੋਰ ਕਿਉਂ ਖਰੀਦੇਗਾ? ਕੋਈ ਕੋਈ ਵੀ ਨਹੀਂ ਖਰੀਦੇਗਾ ਉਹਦੇ ਕੋਲੋਂ ਕੁਛ ਵੀ, ਤੇ ਉਹਦੇ ਜਿਹੜਾ ਪਰਿਵਾਰ ਦਾ ਜਿਹੜਾ ਖਰਚਾ ਨਹੀਂ ਚੱਲੇਗਾ। ਇਸ ਕਰਕੇ ਕਹਿੰਦੇ ਮੈਂ ਉਹਦੇ ਕੋਲੋਂ ਲੈਂਦਾ ਸੀ ਦੁੱਧ, ਹੋਰ ਮੇਰੀ ਕੋਈ ਮਨਸ਼ਾ ਨਹੀਂ ਸੀ ਹੈਗੀ। ਚਲੋ ਕਹਿੰਦੇ ਫਿਰ ਉਹ ਸਰਦਾਰ ਜੀ ਮੰਨ ਗਏ, ਭਗਤ ਜੀ ਦੱਸਦੇ ਆ ਵੀ ਫਿਰ ਉਹ ਮੰਨ ਗਏ ਮੇਰੇ ਨਾਲ। ਤੇ ਇਸ ਤਰ੍ਹਾਂ ਮਤਲਬ ਪਹਿਲਾਂ ਫਿਰ ਉਹਦੇ ਕਰਕੇ ਕੰਪਾਊਂਡਰੀ ਸਿੱਖ ਰਹੀ, ਫਿਰ ਕੰਪਾਊਂਡਰੀ ਸਿੱਖਦੇ ਸਿੱਖਦੇ ਸਾਹਮਣੇ ਫਿਰ ਲਾਇਬ੍ਰੇਰੀ ਸੀਗੀ ਬਹੁਤ ਵਧੀਆ, ਫਿਰ ਉੱਥੇ ਜਾ ਕੇ ਪੜ੍ਹਨ ਲੱਗ ਜਾਂਦੇ ਸੀਗੇ। ਉੱਥੇ ਜਾ ਕੇ ਉਹਨਾਂ ਨੇ ਮਹਾਤਮਾ ਗਾਂਧੀ ਜੀ ਦਾ ਉਦੋਂ ਮੈਗਜ਼ੀਨ ਆਉਂਦਾ ਹੁੰਦਾ ਸੀ ਯੰਗ ਇੰਡੀਆ, ਜਿਹਦੇ 'ਚ ਆਜ਼ਾਦੀ ਦੀ ਗੱਲ ਹੁੰਦੀ ਸੀ, ਜਿਹਦੇ 'ਚ ਦੇਸ਼ ਨੂੰ ਬਚਾਉਣ ਦੀ ਗੱਲ ਹੁੰਦੀ ਸੀ। ਉਹਦੇ ਤੋਂ ਭਗਤ ਜੀ ਬਹੁਤ ਪ੍ਰਭਾਵਿਤ ਹੋਏ ਵੀ ਇਹ ਜਿਹੜਾ ਨਾ ਦੇਸ਼ ਨੂੰ ਬਚਾਉਣ ਲਈ ਇਸ ਗੱਲ ਦਾ ਪ੍ਰਚਾਰ ਹੋਣਾ ਬਹੁਤ ਜ਼ਰੂਰੀ ਹੈ। ਤਾਂ ਉਹਨਾਂ ਨੇ ਕੰਪਾਊਂਡਰੀ ਵਿੱਚ ਹੀ ਛੱਡ ਕੇ ਤੇ ਫਿਰ ਆਪਣਾ ਮਨ ਬਣਾ ਲਿਆ ਵੀ ਹੁਣ 9 ਮਹੀਨੇ, ਜਿਹਦਾ ਮਤਲਬ 2-3 ਮਹੀਨੇ ਰਹਿ ਗਏ ਸੀ ਕੰਪਾਊਂਡਰੀ ਦੇ, ਉਹ ਵਿੱਚ ਹੀ ਛੱਡਤੀ ਤੇ ਫਿਰ ਪ੍ਰਚਾਰ ਦਾ ਮਨ ਬਣਾ ਲਿਆ। ਸੋ ਇਸ ਤਰ੍ਹਾਂ ਉਹਨਾਂ ਦੇ ਆਪਣਾ ਜਿਹੜੀ ਸੋਚ ਸੀ ਬਦਲਦੀ ਰਹੀ। ਮਤਲਬ ਉਹਨਾਂ ਦਾ ਫਿਰ ਜਿਹੜਾ ਮਨ ਹੈ ਉਹ ਦੇਸ਼ ਦੀ ਆਜ਼ਾਦੀ ਵਾਲੇ ਪਾਸੇ ਲੱਗ ਗਿਆ। ਪਰ ਫਿਰ ਬਟਵਾਰਾ ਹੁੰਦਾ ਹੈ, 1947 ਦੀ ਵੰਡ ਹੁੰਦੀ ਹੈ। ਡੇਰਾ ਸਾਹਿਬ ਲਾਹੌਰ ਤੋਂ ਭਗਤ ਪੂਰਨ ਸਿੰਘ ਜੀ ਅੰਮ੍ਰਿਤਸਰ ਕਿਵੇਂ ਪਹੁੰਚਦੇ ਨੇ? ਜਦੋਂ ਅੰਮ੍ਰਿਤਸਰ ਪਹੁੰਚਦੇ ਨੇ ਤਾਂ ਜਦੋਂ ਅੰਮ੍ਰਿਤਸਰ ਪਹੁੰਚਦੇ ਨੇ ਉਹਨਾਂ ਦੇ ਕੋਲ ਕੀ ਕੁਛ ਸੀ, ਕਿੰਨੀ ਕੁ ਮਾਇਆ ਸੀ, ਕਿੰਨਾ ਕੁ ਪੈਸਾ ਸੀ? ਜਾਂ ਜਿਵੇਂ ਆਪਾਂ ਦੇਖਦੇ ਹਾਂ ਜਦੋਂ 47 ਦੀ ਵੰਡ ਹੁੰਦੀ ਹੈ ਤਾਂ ਬਹੁਤ ਸਾਰੇ ਪਰਿਵਾਰ ਆਪਣਾ ਸਾਰਾ ਕੁਝ ਜੋ ਕਮਾਇਆ ਸੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਹ ਸਾਰਾ ਕੁਝ ਪਾਕਿਸਤਾਨ ਦੇ ਵਿੱਚ ਛੱਡ ਆਏ, ਉਹ ਖਾਲੀ ਹੱਥ ਇਸ ਪੰਜਾਬ ਦੀ ਧਰਤੀ 'ਤੇ ਆਏ, ਚੜ੍ਹਦੇ ਪੰਜਾਬ ਵਾਲੇ ਪਾਸੇ ਆਏ। ਭਗਤ ਪੂਰਨ ਸਿੰਘ ਜੀ ਪਿੱਛੇ ਕੀ ਛੱਡ ਕੇ ਆਏ ਸਨ ਅਤੇ ਕੀ ਲੈ ਕੇ ਆਏ ਸਨ? ਕਿਉਂਕਿ ਗੁਰਦੁਆਰਾ ਡੇਰਾ ਸਾਹਿਬ ਰਹਿੰਦੇ ਹੋਏ ਭਗਤ ਜੀ ਨੂੰ ਇੱਕ ਬੱਚੇ ਦੀ ਸੇਵਾ ਮਿਲੀ, ਜਿਹਦਾ ਨਾਮ ਉਹਨਾਂ ਨੇ ਫਿਰ ਪਿਆਰਾ ਸਿੰਘ ਰੱਖਿਆ, ਜਿਹੜਾ ਕਿ ਆਪਣਾ ਕੰਮ ਆਪਣੇ ਸੀ ਕਰ ਸਕਦਾ, ਜਿਹੜਾ ਕਿ ਜਿਹਨੂੰ ਭਗਤ ਜੀ ਲੂਲਾ ਲਿਖਦੇ ਆ, ਪਰ ਅੰਗਰੇਜ਼ੀ ਦੇ ਵਿੱਚ ਜਿਹੜੀ ਸਾਡੀ ਮੈਡੀਕਲ ਟਰਮ ਆ ਉਹਦੇ 'ਚ ਅਸੀਂ ਸੈਰੀਬਲ ਪਾਲਸੀ ਕਹਿੰਦੇ ਹਾਂ, ਉਹ ਬਿਮਾਰੀ ਹੁੰਦੀ ਆ, ਉਹਦੇ 'ਚ ਉਹਦੇ ਹੱਥ ਵੀ ਮੁੜੇ ਹੋਏ ਸੀ, ਉਹਦੇ ਪੈਰ ਵੀ ਮੁੜੇ ਹੋਏ ਸੀ, ਉਹ ਆਪਣੇ ਆਪ ਨਾਲ ਕੁਛ ਖਾ ਪੀ ਸਕਦਾ ਸੀ, ਆਪਣਾ ਕੋਈ ਕੰਮ ਨਹੀਂ ਸੀ ਕਰ ਸਕਦਾ, ਉਹਦੀ ਸੇਵਾ ਕਰਨੀ ਪੈਂਦੀ ਸੀ। ਤਾਂ ਉਹਦੇ ਉਹ ਉੱਥੇ ਡੇਰਾ ਸਾਹਿਬ ਭਗਤ ਜੀ ਦੇ ਕੋਲ ਸੀਗਾ, ਤੇ ਉੱਥੋਂ ਫਿਰ ਭਗਤ ਜੀ ਉੱਥੋਂ ਡੇਰਾ ਸਾਹਿਬ ਤੋਂ ਹਾਲਾਤ ਜਦੋਂ ਖਰਾਬ ਹੋ ਗਏ ਤਾਂ ਫਿਰ ਮਿਲਟਰੀ ਦੇ ਜਿਹੜੇ ਟਰੱਕ ਦੇ ਵਿੱਚ ਭਗਤ ਜੀ ਜਿਹੜੇ ਸੀ ਪੈਰਾ ਸਿੰਘ ਨੂੰ ਮੋਢੇ ਤੇ ਚੁੱਕ ਕੇ ਤੇ ਲੈ ਕੇ ਆਏ ਇੰਡੀਆ ਦੇ ਵਿੱਚ। ਉਦੋਂ ਭਗਤ ਜੀ ਕੋਲ ਇੱਕ ਥੈਲਾ ਜਿਹਾ ਸੀ ਜਿਹਦੇ 'ਚ ਇੱਕ ਮੈਗਜ਼ੀਨ ਸੀਗਾ ਤੇ 125 ਸੀ ਤੇ
एक प्यारा सिंह सीगा उन्हां दे मोढ़िआं दे उत्ते, यही कुछ सीगा जदों आए इत्थे रिफ्यूजी कैंप दे विच। मतलब 125 सी भगत पूर्ण सिंह जी दे कोल जदों उह रिफ्यूजी कैंप दे विच आए, अमृतसर पहुंचे, फिर इत्थे आ के उन्हां ने पिंगलवाड़े की स्थापना किवें कीती, किहड़ियां जरूरतां सन जिन्हां नूं ध्यान च रखदिआं होइआं उन्हां ने सोचिआ कि हुण इत्थे पिंगलवाड़े की स्थापना होनी चाहिए है, किहड़े किहड़े तरीके अपनाए, किवें उन्हां ने, क्योंकि यह छोटी जी संस्था नहीं है, अज दुनिया भर के पिंगलवाड़े का नाम है, तो सैकड़े हज़ार लोग जरूरतमंद बेसहारा लोगों की इत्थे सेवा की जा चुकी है ज हुण भी की जा रही है, ये संस्था किवें होंद विच आई, एड्डी वड्डी संस्था जदों के भगत पूर्ण सिंह तो केवल एक ज सवा रुपये के नाल ही चढ़ते पंजाब वाले पासे आए सन, रिफ्यूजी कैंप के पहुंचे सन। पहला तो रिफ्यूजी कैंप के बहुत सारे लोग यही सन जिन्हों का कोई रिश्तेदार नहीं सी, बीमार सन, उन्होंने सेवा वास्ते या कोई डॉक्टरी सहूलत का कोई इंतजाम नहीं सी कैंप के, कैंप के आए थे, जरा रिफ्यूजी कैंप लगे सी खालसा कॉलेज के, उत्थे बड़े लोग बीमार से, उन्होंने पूछने वाला कोई नहीं सी, ते भगत जी ने फिर जो कैंप का इंचार्ज से उन्होंने को गए, उन्होंने कहा भी इन्ह जो रिफ्यूजी ने इन्हों का डॉक्टरी का प्रबंध की है, वह कहते साडे कोल तां कोई प्रबंध नहीं है, फिर भगत जी ने सारी जिम्मेवारी अपने लै ली। भगत जी लिखते हैं कि 25,000 रिफ्यूजी जोड़े से ना उस कैंप में से, रिफ्यूजी कैंप के उन्होंने चो बहुत सारे बीमार सन, आ बीमार भी एक थान पर नहीं सन, कोई कित पिया से, कोई कितने पिया से, कोई कितने पिया से, क्योंकि 25,000 कड़ा एक थान पर आ जाते हैं, बहुत विशाल कैंप वगैरह लगे हुए थे, दुखों के मारे हुए पिछे सारा कुछ छड़ के आए थे 47 की वंड वेले, कई तरह के रोग से, कई तरह बीमारियां लगियां, कई उन्हां दियां मुश्किलां आईयां, 25,000 की गिणती जिहड़ी है सुभाविक है कि उन्हां दी सांभ संभाल सही नहीं हो रही होगी। वो फिर भगत जी ने जिम्मेवारी अपने अपने ते लै ली, तो जिहड़े बीमार से उन्हां कोल जाण लग पए, उन्हां दियां जरूरतां पूरियां करन लग पए, कोई नूं शरबत चाहीदा सी, किसे नूं कुछ चाहीदा सी, तां इस तरह जे किसे नूं दवाई चाहीदी सी तां दवाई दा वी इंतजाम करदे, उधरों प्यारे नूं वी सांभणा हुंदा सी, इस तरह करद्या करद्या इस तरह फिर उत्थे एक बुढ़ा मिल गया उहदे कोल, उह कहिंदा शरबत लिया के दे, भगत जी शरबत लैण गए ते आउंदिआं नूं जिहड़ा बजुर्ग सी उह चढ़ाई कर गया, ते भगत जी कहिंदे मैनूं लगदा इहदे कोल पैसे हैगे आ। बड़ी घटना, भगत जी ने मतलब किन्ने सफे लाते इस घटना नूं लिखण वास्ते, क्योंकि मैं कहिंदे सोचिआ वी इहदे कोल पैसे होणगे, ते मैनूं लोड़ वी सी कदे कोई किसे नूं दवाई लिया के देनी हुंदी सी, किसे नूं शरबत लिया के देना हुंदा सी, किसे नूं दुध लिया के देना हुंदा सी, पैसे की जरूरत भी होंगी सी मैनों, फिर मैं ओदियां जेबां फरोलियां, फिर मेरा मन अचाया भी मेरा हक नहीं बनता इहदियां जेबां फरोलण दा, इहदे मतलब सरकार दा हक बनता, पर फिर जको तक्की दे विच भगत जी ने ओदियां जेबां फरोलियां ते उहदे चों कुछ पैसे निकले, तां भगत जी ने सोचिया भी 50 रुपये कहिंदे मैं खर्च दित्ते, इस तरह किसे नूं दुध लस्सी लिया के दित्ता, पर कुछ भी मेरी आत्मा नहीं मन्नी भी नहीं इहदे ते मेरा कोई हक नहीं, मैं नहीं ये खर्चना, वो फिर उन्होंने किसी दुकानदार को जमा कराते, ये एक जदों तुरन लगे से उतों डेरा साहब तो जदों रेंदे से उत्थे, तो एक बंदा गया से करफ्यू के बहर जिहड़ा भगत जी नाल सेवा निभाउंदा, सेवा दे विच मदद करता से, उन्होंने गोली वज गई सी, वो चढ़ाई कर गया से, तो भगत जी ने फिर उहदा पता किया भी उहदे जिहड़े परिवार आ कित्थे रहिंदा, वह कानपुर रहिंदा से, तां भगत जी ने फिर जिहड़े बाकी पैसे से जिहड़े दुकानदार को जमा कराए सीगे ਉਹ ਫਿਰ ਉਹਨਾਂ ਨੇ ਕਾਨਪੁਰ ਉਸ ਪਰਿਵਾਰ ਨੂੰ ਭੇਜ ਦਿੱਤੇ ਵੀ ਤੁਸੀਂ ਗੁਜ਼ਾਰਾ ਕਰ ਲਓ, ਕਿਉਂਕਿ ਤੁਸੀਂ ਵੀ ਰਿਫਿਊਜੀ ਵਾਂਗੂ ਆਏ ਹੋ, ਤੁਹਾਡੇ ਕੋਲ ਵੀ ਕੁਛ ਨਹੀਂ ਬਚਿਆ, ਤੁਹਾਡਾ ਬੰਦਾ ਵੀ ਉੱਥੇ ਜਿਹੜਾ ਸੀ ਮਾਰਿਆ ਗਿਆ ਸੀਗਾ ਜੀ, ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਫਿਰ ਕੈਂਪ ਖਤਮ ਹੋ ਗਿਆ ਜੀ, ਥੋੜੇ ਮਹੀਨਿਆਂ 'ਚ ਦਸੰਬਰ 'ਚ ਕੈਂਪ ਖਤਮ ਹੋ ਗਿਆ, ਫਿਰ ਉਸ ਤੋਂ ਬਾਅਦ ਮਰੀਜ਼ ਤਾਂ ਅਜੇ ਵੀ ਬਹੁਤ ਸੀ, ਲੋਕ ਆ ਵੀ ਰਹੇ ਸਨ, ਜਿਹੜੇ ਪਾਕਿਸਤਾਨ ਤੋਂ ਬਿਮਾਰ ਵੀ ਆ ਰਹੇ ਸਨ, ਲਾਵਾਰਸ ਵੀ ਆ ਰਹੇ ਸਨ, ਪਰ ਰਿਸ਼ਤੇਦਾਰ ਵੀ ਕੋਈ ਨਹੀਂ ਸੀਗਾ, ਜਿਵੇਂ ਭਗਤ ਜੀ ਨੇ ਆਪਣਾ ਡੇਰਾ ਜਿਹੜਾ ਸੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਫੁੱਟਪਾਥ ਦੇ ਉੱਤੇ ਲਾ ਲਿਆ, ਉੱਥੇ ਫਿਰ ਉਹਨਾਂ ਨੇ ਥੋੜ੍ਹੀ ਦੇਰ ਕੱਟੀ ਫੁੱਟਪਾਥ ਦੇ ਉੱਤੇ, ਹੁਣ ਸਰਦੀਆਂ ਆ ਗਈਆਂ ਤਾਂ ਫਿਰ ਕਿੱਥੇ ਪਾਉਣ ਮਰੀਜ਼ਾਂ ਨੂੰ, ਇਹ ਫਿਕਰ ਪੈ ਗਿਆ, ਮਤਲਬ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਪਰ ਹੀ ਉਹਨਾਂ ਨੇ ਆਪਣਾ ਡੇਰਾ ਲੈ ਲਿਆ, ਬਾਹਰ ਹੀ ਅਸਮਾਨ ਦੀ ਛੱਤ ਦੇ ਹੇਠਾਂ ਹੀ ਰਹਿਣ ਲੱਗੇ ਬਾਕੀ ਮਰੀਜ਼ਾਂ ਦੇ ਨਾਲ। ਹਾਂਜੀ, ਉਹ ਸੀਗਾ ਟਾਂਗਾ ਸਟੈਂਡ ਸੀਗਾ, ਉੱਤੇ ਟੀਨ ਦਾ ਪਿਆ ਹੋਇਆ ਸੀਗਾ, ਟੀਨ ਪਿਆ ਹੋਇਆ ਸੀਗਾ, ਉੱਥੇ ਵੀ ਭਗਤ ਜੀ ਨੇ ਆਪਣਾ ਡੇਰਾ ਲਾ ਲਿਆ, ਵੀ ਰੋਟੀਆਂ ਮੰਗ ਕੇ ਲਿਆਉਣੀਆਂ ਮਰੀਜ਼ਾਂ ਵਾਸਤੇ ਲੋਕਾਂ ਦੇ ਘਰਾਂ 'ਚੋਂ, ਦਵਾਈਆਂ ਵਾਸਤੇ ਪ੍ਰਬੰਧ ਕਰਨਾ, ਫਿਰ ਉਹਨਾਂ ਨੇ ਜਿਹੜੇ ਜਿਹੜੇ ਮਰੀਜ਼
उठ के नहीं सी अपना कार्ज कर सकते, टट्टियां पेशाब टट्टी पेशाब कपड़े धोने। फिर कहिंदे मेरे को सेवादार हैल्पर नहीं सी मिलता, जे कोई कदा मिल भी गया तो होर काम सौखे काम रोटी खवाण दे तो कर लैंदा सी, पर टट्टियां वाले कपड़े मैनूं आप ही धोने पैंदे सीगे। और कुदरती कहिंदे उत्थे कारखाना सीगा जिहदे प्रैशर नाल पानी आंदा सी, पहलां मैं पैरां नाल मलणे फिर मैं हत्थां नाल धोणे, जद नूं मैं आ के सुकणे पाणी उन्ने क फिर तैयार होणे। इस तरह सिर ते छत नहीं हैगी, रहण नूं कोई सौण नूं कोई मंजा नहीं हैगा, फुटपाथ ते मरीज भी ते भगत जी भी ते रोटियां भी मंग के लियाणियां। 8 साल भगत जी कहिंदे कंघी करन दा समां नहीं मिलिया, मेरे चटां मज गई। 8 साल सेवा दे विच ही लंघा दित्ते। उन्हां कोल फिर कोई वहीकल भी नहीं सी, पैसा भी नहीं सी हैगा, फिर रिक्शा लै लै के मरीजां नूं हस्पताल लैके जांदे। फिर एक टुट्टा जिहा रिक्शा मिलिया, ਉਹਦੇ 'ਤੇ ਬਾਂਸ ਜਿਹਾ ਪਾ ਕੇ ਅਤੇ ਫਿਰ ਉਹਨਾਂ ਨੇ ਭਗਤ ਜੀ ਨੇ ਪਹਿਲੀ ਐਂਬੂਲੈਂਸ ਭਗਤ ਜੀ ਦੀ, ਉਹ ਸੀ ਟੁੱਟਾ ਜਿਹਾ ਰਿਕਸ਼ਾ ਜਿਹਦੇ 'ਤੇ ਮਰੀਜ਼ ਨੂੰ ਬਿਠਾ ਕੇ ਫਿਰ ਹਸਪਤਾਲ ਜਾਂਦੇ ਸੀ। ਇੱਕ ਆਸ਼ਾ ਰਾਣੀ ਦਾ ਜ਼ਿਕਰ ਕਰਦੇ ਆ, ਟੀ ਬੀ ਦੀ ਮਰੀਜ਼ ਸੀਗੀ, ਉਹ ਮਿਲ ਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਰਿੜ ਕੇ ਜਾਂਦੀ ਪਈ ਸੀ, ਉਹਨੂੰ ਟੀ ਬੀ ਸੀ, ਉਹਨੂੰ ਟੀ ਬੀ ਕਲੀਨਿਕ 'ਚ ਲੈ ਕੇ ਗਏ। ਇਹ ਵੀ ਬੜੀ ਅਜਿਹੀ ਘਟਨਾਵਾਂ ਤਾਂ ਬਹੁਤ ਨੇ ਜਿਹੜੀਆਂ ਦੱਸਣ ਵਾਲੀਆਂ ਨੇ ਕਿ ਟੀ ਬੀ ਦੇ ਮਰੀਜ਼ ਨੂੰ ਉਹ ਇੱਥੇ ਹਸਪਤਾਲ 'ਚ ਟੀ ਬੀ ਦਾ ਇਲਾਜ ਹੀ ਨਹੀਂ ਸੀ, ਟੀ ਬੀ ਕਲੀਨਿਕ ਲਿਜਾਣਾ ਪੈਣਾ ਸੀ, ਟਾਂਗਾ ਲਿਆ, ਟਾਂਗੇ ਵਾਲੇ ਨੇ ਪੈਸੇ ਮੰਗ ਲਏ 5 ਰੁਪਈਏ, ਉੱਥੇ ਖੜਾ ਰੱਖਿਆ ਟਾਂਗਾ, ਇਹ ਨਹੀਂ ਵੀ ਉੱਥੇ ਜਾ ਕੇ ਛੱਡ ਦਿਆ ਅਤੇ ਹੋਰ ਲੈ ਲਵਾਂ, ਕਿਸੇ ਲਾਲੇ ਕੋਲੋਂ ਤਰਲੇ ਕਰਕੇ 5 ਰੁਪਏ ਲਏ। ਟਾਂਗਾ ਇਸ ਕਰਕੇ ਨਹੀਂ ਬਦਲਿਆ ਕਿ ਫਿਰ 2 ਟਾਂਗਿਆਂ ਨੂੰ ਟੀ ਬੀ ਦੇ ਜਰਮ ਲੱਗ ਜਾਣਗੇ ਅਤੇ ਹੋਰ ਇਹ ਜਿਹੜੀ ਬਿਮਾਰੀ ਫੈਲੇਗੀ। ਸੋ ਇਸ ਤਰ੍ਹਾਂ ਫਿਰ ਆਸ਼ਾ ਰਾਣੀ ਜਿਹੜੀ ਸੀ ਉਹਦੇ ਵਾਸਤੇ ਕਹਿੰਦੇ ਸਭ ਤੋਂ ਵਧੀਆ ਜਿੱਥੇ ਜਿਸ ਘਰ 'ਚ ਰੋਟੀ ਮਿਲਦੀ ਸੀ ਉਹ ਆਸ਼ਾ ਰਾਣੀ ਨੂੰ ਖਵਾਉਂਦਾ ਸੀ, ਉਹਦਾ ਮੁੰਡਾ ਸੀ ਜੀਤਾ, ਉਹਨੂੰ ਖਿਡਾਉਣਾ ਭਗਤ ਜੀ ਨੇ। ਇਸ ਤਰ੍ਹਾਂ ਬੜਾ ਔਖਾ ਸਮਾਂ ਸੀਗਾ। ਫਿਰ ਆਸ਼ਾ ਰਾਣੀ ਦੀ ਡੈਥ ਹੋ ਗਈ, ਫਿਰ ਭਗਤ ਜੀ ਕਹਿੰਦੇ ਉਹਨੇ ਮਰਨ ਵੇਲੇ ਰੱਬ ਨੂੰ ਯਾਦ ਕੀਤਾ, ਕਹਿੰਦੇ ਮੈਂ ਦਰਬਾਰ ਸਾਹਿਬ ਜਾ ਕੇ ਭਾਂਡੇ ਮਾਂਜਾਂਗੀ, ਇਹ ਚੰਗੀ ਰੂਹ ਸੀ, ਇਹਦਾ ਇਸ਼ਨਾਨ ਹੋਣਾ ਚਾਹੀਦਾ। ਮਤਲਬ ਬੜੀ ਲੰਬੀ ਕਹਾਣੀ ਲਿਖਦੇ ਆ ਭਗਤ ਜੀ। ਕਈ ਘਟਨਾਵਾਂ ਜਿਹੜੀਆਂ ਭਗਤ ਪੂਰਨ ਸਿੰਘ ਜੀ ਦੇ ਜੀਵਨ ਦੇ ਵਿੱਚ ਸਨ, ਕਈ ਇਹੋ ਜਿਹੇ ਜ਼ਰੂਰਤਮੰਦ ਸਨ ਜਿਨ੍ਹਾਂ ਦਾ ਉਹਨਾਂ ਨੇ ਆਪਣੀ ਹੱਥੀਂ ਸੇਵਾ ਕੀਤੀ। ਅੱਜ ਤਾਂ ਆਪਾਂ ਸਮਾਜ ਵੱਲ ਜਦੋਂ ਝਾਤ ਮਾਰਦੇ ਹਾਂ ਤਾਂ ਇੱਕ ਬੜੀ ਭੈੜੀ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ, ਲੋਕ ਆਪਣੇ ਮਾਂ ਬਾਪ ਨੂੰ ਵੀ ਜਿਹੜਾ ਸੰਭਾਲਦੇ ਨੇ। ਹਾਲਾਂਕਿ ਕਈ ਵਾਰ ਇਹ ਵੀ ਕਿਹਾ ਜਾਂਦਾ ਕਿ ਮਾਂ ਬਾਪ ਦੀ ਗਲਤੀ ਹੁੰਦੀ ਹੈ, ਉਹ ਬੱਚਿਆਂ ਦੀਆਂ ਭਾਵਨਾਵਾਂ ਜਾਂ ਉਹਨਾਂ ਨੂੰ ਉਹਨਾਂ ਦੀ ਸੋਚ ਨੂੰ ਸਮਝਦੇ ਨਹੀਂ, ਪਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਅੱਜ ਕੱਲ੍ਹ ਜਿਹੜਾ ਹੈ ਘਰੇਲੂ ਲੜਾਈ ਝਗੜੇ ਹੋ ਰਹੇ ਨੇ। ਮਾਂ ਬਾਪ ਦਾ ਜਿਹੜਾ ਕਮਰਾ ਹੈ ਨਾ, ਉਹ ਪਰਿਵਾਰ ਨੇ ਬਾਹਰ ਦੂਰ ਜੇ ਬਣਾਇਆ ਹੁੰਦਾ ਹੈ, ਜਦੋਂ ਨਵੀਂ ਕੋਠੀ ਪਾਈ ਜਾਂਦੀ ਹੈ ਅਤੇ ਜਿਹੜਾ ਪੁਰਾਣਾ ਕਮਰਾ ਹੈ ਉਸ ਦੇ ਵਿੱਚ ਮਾਂ ਬਾਪ ਨੂੰ ਰੱਖ ਦਿੱਤਾ ਜਾਂਦਾ ਹੈ ਕਿ ਤੁਸੀਂ ਹੁਣ ਬਾਰ ਬਾਰ ਰਹਿਣਾ ਹੈ, ਉਹਨਾਂ ਨੂੰ ਨਵੇਂ ਘਰ ਦੇ ਵਿੱਚ ਜਾਂ ਨਵੀਂ ਕੋਠੀ ਦੇ ਵਿੱਚ ਥਾਂ ਨਹੀਂ ਦਿੱਤੀ ਜਾਂਦੀ। ਪਰ ਦੂਜੇ ਪਾਸੇ ਭਗਤ ਪੂਰਨ ਸਿੰਘ ਜੀ ਹੈ ਜਿਹੜੇ ਆਪਣੀ ਪਰਵਾਹ ਨਾ ਕਰਦੇ ਹੋਏ ਬਿਮਾਰ ਲੋਕਾਂ ਦੀ ਸੇਵਾ ਕਰਦੇ ਨੇ, ਬਿਮਾਰਾਂ ਨੂੰ ਹਸਪਤਾਲਾਂ ਦੇ ਵਿੱਚ ਲੈ ਕੇ ਜਾਂਦੇ ਨੇ, ਫਿਰ ਸਤਨਾਮ ਦਾ ਆਵਾਜ਼ਾਂ ਦੇ ਕੇ ਲੋਕਾਂ ਦੇ ਘਰਾਂ ਵਿੱਚੋਂ ਉਹਨਾਂ ਦੇ ਲਈ ਲੰਗਰ ਇਕੱਠਾ ਕਰਕੇ ਲਿਆਉਂਦੇ ਨੇ, ਉਹਨਾਂ ਦੀ ਸੇਵਾ ਕਰਦੇ ਨੇ। ਜ਼ਿਆਦਾ ਗੱਲ ਲੰਮੀ ਨਾ ਹੋ ਜਾਏ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਤਾਂ ਬਹੁਤ ਸਾਰੀਆਂ ਹੋਣਗੀਆਂ, ਪਰ ਆਖਿਰ ਦੇ ਵਿੱਚ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗਾ ਕਿ ਜਿਹੜੀ ਏਡੀ ਵੱਡੀ ਸੰਸਥਾ ਹੈ ਪਿੰਗਲਵਾੜਾ, ਇਹ ਕਿਹੜੀ ਸੰਨ ਦੇ ਵਿੱਚ ਸਥਾਪਿਤ ਹੋਈ ਅਤੇ ਭਗਤ ਪੂਰਨ ਸਿੰਘ ਜੀ ਨੇ ਕਿਸ ਸਾਲ ਤੱਕ ਫਿਰ ਪਿੰਗਲਵਾੜੇ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ? ਇਹ 1956 ਦੇ ਵਿੱਚ ਸੁਸਾਇਟੀ ਜਿਹੜੀ ਰਜਿਸਟਰ ਕੀਤੀ ਗਈ। ਉਸ ਤੋਂ ਪਹਿਲਾਂ ਕਦੇ ਫੁੱਟਪਾਥ ਤੋਂ ਬਾਅਦ ਕਦੇ ਸਿਨੇਮਾ ਹਾਲ ਸੀ ਖਾਲੀ, ਉੱਥੇ ਕਿਤੇ ਕਿਤੇ ਕਦੇ ਝੌਂਪੜੀਆਂ ਬਣਾ ਕੇ ਇਸ ਤਰ੍ਹਾਂ ਤਰ੍ਹਾਂ ਗੁਜ਼ਾਰਾ ਕਰਦੇ ਰਹੇ। ਅਤੇ ਫਿਰ ਇਹ ਜਗ੍ਹਾ ਸੀ ਜਿਹੜੀ ਇਹ ਖਰੀਦੀ, ਇਹ ਸਾਨੂੰ ਇਹ ਭਗਤ ਜੀ ਨੂੰ ਥੋੜ੍ਹੇ ਸਸਤੇ ਰੇਟ 'ਤੇ ਮਿਲ ਗਈ। ਗੋਪੀ ਚੰਦ ਭਾਗਵਾ ਚੀਫ ਮਿਨਿਸਟਰ ਸੀ, ਵਾਕਫ ਸੀ ਭਗਤ ਜੀ ਦਾ ਲਾਹੌਰ ਤੋਂ, ਅਤੇ ਇਹ ਜਿਹੜੀ ਸੀਗੀ ਥੋੜ੍ਹੀ ਸਸਤੇ ਰੇਟ ਦੇ ਉੱਤੇ ਭਗਤ ਜੀ ਨੂੰ ਦਿੱਤੀ। ਇੱਥੇ ਫਿਰ ਪਿੰਗਵੜਾ ਸਥਾਪਿਤ ਹੋਇਆ ਅਤੇ ਫਿਰ ਰਜਿਸਟ੍ਰੇਸ਼ਨ ਕਰਵਾਈ ਭਗਤ ਜੀ ਨੇ ਦੀ ਆਲ ਪਿੰਗਵੜਾ ਚੈਰੀਟੇਬਲ ਸੁਸਾਇਟੀ ਦੇ ਨਾਮ 'ਤੇ। ਜੀ, ਭਗਤ ਪੂਰਨ ਸਿੰਘ ਜੀ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ ਬਹੁਤ ਸਾਰੇ ਸਰਕਾਰ ਦੇ ਵੱਲੋਂ ਅਵਾਰਡ ਵੀ ਦਿੱਤੇ ਗਏ। ਸੇਵਾਵਾਂ ਤਾਂ ਉਹਨਾਂ ਦੀਆਂ ਬਹੁਤ ਵੱਡੀਆਂ ਨੇ, ਜੇਕਰ ਵਾਤਾਵਰਣ ਦੀ ਸੰਭਾਲ ਕਰੀਏ ਤਾਂ ਵਾਤਾਵਰਣ ਦੇ ਵਿੱਚ ਵੀ ਉਹਨਾਂ ਨੇ ਵੱਡਾ ਯੋਗਦਾਨ ਪਾਇਆ, ਲੋਕ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾਇਆ। ਉਹਨਾਂ ਨੇ ਸੇਵਾਵਾਂ ਬਦਲੇ ਕਿਹੜੇ ਕਿਹੜੇ ਅਵਾਰਡ ਸਨ ਜਿਹੜੇ ਸਰਕਾਰ ਦੇ ਵੱਲੋਂ ਦਿੱਤੇ ਗਏ? ਇੱਕ ਪਦਮ ਸ਼੍ਰੀ ਅਵਾਰਡ ਹੈਗਾ, ਬਾਕੀ ਹਿਊਮਨ ਰਾਈਟਸ ਵਾਲਿਆਂ ਨੇ ਵੀ ਦਿੱਤਾ ਸੀਗਾ, ਇੱਕ ਚੰਦਰ ਸ਼ੇਖਰ ਨੇ ਵੀ ਦਿੱਤਾ ਸੀ, ਉਹਦਾ ਨਾਮ ਨਹੀਂ ਮੈਨੂੰ ਯਾਦ ਹੈ ਇਸ ਵੇਲੇ। ਤੋ ਇਸ ਤਰ੍ਹਾਂ ਦੇ ਅਵਾਰਡ ਸੀ। ਪਰ ਜਿਹੜੀ ਗੱਲ ਹੈ ਨਾ ਵੀ ਭਗਤ ਜੀ ਨੇ ਜਿਹੜਾ ਸਾਹਿਤ ਲਿਖਿਆ ਜਿਹੜਾ ਉਹਨਾਂ ਨੇ ਉਹਦੇ ਬਾਰੇ ਮਤਲਬ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਕਿੰਨਾ ਕਿੰਨਾ ਪੜ੍ਹਦੇ ਸੀ, 18-18 ਘੰਟੇ ਪੜ੍ਹਦੇ ਸੀ। ਬਹੁਤ ਸਾਰੀਆਂ ਕਿਤਾਬਾਂ, ਖਾਸ ਕਰਕੇ ਜਪਜੀ ਸਾਹਿਬ,
ਬਹੁਤ ਪ੍ਰੋਫੈਸਰ ਨਰੈਣ ਸਿੰਘ ਹੋਰਾਂ ਦਾ ਲਿਖਿਆ ਹੈ ਉਹਦਾ ਟੀਕਾ, ਤੇ ਆਪ ਵੀ ਬਹੁਤ ਸਾਰੀਆਂ ਜਿਹੜੀਆਂ ਅਸੀਂ ਲਿਖਤਾਂ ਪ੍ਰੈਸ ਲਾਈ ਪਿੰਗਲਵਾੜੇ ਦੇ ਵਿੱਚ, ਬਹੁਤ ਸਾਰੇ ਇਸ਼ਤਿਹਾਰ ਛਾਪਦੇ ਸੀਗੇ ਜਿਹੜੇ ਇਨਵਾਇਰਮੈਂਟ ਤੇ ਚੰਗੇ ਮਨੁੱਖਾਂ ਦੀਆਂ ਜੀਵਨੀਆਂ ਦੇਸ਼ ਨੂੰ ਬਚਾਉਣ ਦੀਆਂ ਗੱਲਾਂ ਸੀਗੀਆਂ। ਪਰ ਹੁਣ ਅੱਜ ਦੇ ਸਮੇਂ ਵਿੱਚ ਜਿਹੜਾ ਮੈਸੇਜ ਹੈ ਬਹੁਤ ਵੱਡਾ ਕਿ ਦੇਸ਼ ਦੇਸ਼ ਤਾਂ ਬਚੇਗਾ ਜੇ ਅਸੀਂ ਸਾਦਾ ਜੀਵਨ, ਸੱਚ ਦੇ ਆਧਾਰ ਤੇ ਸਾਦਾ ਜੀਵਨ ਬਤੀਤ ਕਰਾਂਗੇ, ਕੋਈ ਕਿਸੇ ਦਾ ਹੱਕ ਨਹੀਂ ਮਾਰੇਗਾ, ਔਰ ਪਿੰਡਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਵਰਤਾਂਗੇ, ਚਾਹੇ ਉਹ ਭਾਂਡੇ ਹੋਣ, ਚਾਹੇ ਕੱਪੜਾ ਹੋਵੇ, ਚਾਹੇ ਕੋਈ ਚੀਜ਼ ਹੋਵੇ, ਮਤਲਬ ਸਿੰਪਲ ਜ਼ਿੰਦਗੀ ਬਤੀਤ ਕਰਾਂਗੇ। ਜਦੋਂ ਕਿ ਸਿੰਪਲ ਜ਼ਿੰਦਗੀ ਜਿਹੜੀ ਆਪਾਂ ਬਤੀਤ ਕਰਾਂਗੇ ਤਾਂ ਹੀ ਅੱਜ ਜਿਹੜਾ ਬਚਾਅ ਹੋ ਸਕਦਾ ਹੈ। ਇੱਥੇ ਦਰਸ਼ਕਾਂ ਦੀ ਜਾਣਕਾਰੀ ਲਈ ਮੈਂ ਇਹ ਵੀ ਜ਼ਰੂਰ ਪੁੱਛਣਾ ਚਾਹੁੰਦਾ ਕਿ ਭਗਤ ਪੂਰਨ ਸਿੰਘ ਜੀ ਨੇ ਅਵਾਰਡ ਮਿਲੇ ਉਹਨਾਂ ਨੂੰ, ਜਿਨ੍ਹਾਂ ਦੇ ਵਿੱਚ ਇੱਕ ਪਦਮ ਸ਼੍ਰੀ ਸੀ। ਜੂਨ ਦੇ ਦਿਨ ਚੱਲ ਰਹੇ ਨੇ, 1984 ਦੇ ਵਿੱਚ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਭਾਵਾਂ ਕਿ ਕਦੇ ਮਹਾਤਮਾ ਗਾਂਧੀ ਦੀ ਕਿਤਾਬ ਪੜ੍ਹ ਕੇ ਜਾਂ ਉਹਨਾਂ ਦਾ ਮੈਗਜ਼ੀਨ ਪੜ੍ਹ ਕੇ ਭਗਤ ਜੀ ਦੇ ਮਨ ਦੇ ਵਿੱਚ ਦੇਸ਼ ਭਗਤੀ ਦਾ ਖਿਆਲ ਉਪਜਿਆ, ਉਹਨਾਂ ਦਾ ਝੁਕਾਅ ਦੇਸ਼ ਭਗਤੀ ਵੱਲ ਹੋਇਆ, 47 ਦੀ ਵੰਡ ਹੋਈ, ਫਿਰ ਚੜ੍ਹਦੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਲੰਮੀਆਂ ਸੇਵਾਵਾਂ ਨਿਭਾਈਆਂ। ਪਰ ਜਦੋਂ 84 ਦਾ ਘਟਨਾਕ੍ਰਮ ਵਾਪਰਿਆ, ਕਹਿੰਦੇ ਨੇ ਕਿ ਇਸ ਘਟਨਾਕ੍ਰਮ ਦਾ ਭਗਤ ਜੀ ਦੇ ਮਨ ਦੇ ਉੱਪਰ ਬਹੁਤ ਗਹਿਰਾ ਅਸਰ ਹੋਇਆ ਸੀ ਅਤੇ ਉਹਨਾਂ ਨੇ ਪਦਮ ਸ਼੍ਰੀ ਅਵਾਰਡ ਵਾਪਸ ਕੀਤਾ ਸੀ। ਪਦਮ ਸ਼੍ਰੀ ਅਵਾਰਡ ਵੀ ਵਾਪਸ ਕੀਤਾ, ਔਰ ਬਹੁਤ ਸਖ਼ਤ ਚਿੱਠੀ ਜਿਹੜੀ ਸੀ ਲਿਖੀ ਸੀ ਸਰਕਾਰ ਨੂੰ ਕਿ ਉਹਨਾਂ ਦਾ ਜਿਹੜਾ ਮੇਨ ਗੱਲ ਸੀਗੀ, ਕਿਉਂਕਿ ਦਰਬਾਰ ਸਾਹਿਬ ਨਾਲ ਤਾਂ ਉਹਨਾਂ ਦਾ ਤਨ ਮਨ ਧਨ ਕਰਕੇ ਜੁੜੇ ਹੋਏ ਸੀ, ਕਿਉਂਕਿ ਉਹਨਾਂ ਨੂੰ ਜ਼ਿੰਦਗੀ ਦਰਬਾਰ ਸਾਹਿਬ ਤੋਂ ਮਿਲੀ, ਚਾਹੇ ਉਹ ਡੇਰਾ ਸਾਹਿਬ ਤੋਂ ਮਿਲੀ, ਚਾਹੇ ਇੱਥੇ ਆ ਕੇ ਦਰਬਾਰ ਸਾਹਿਬ ਦੇ ਵਿੱਚ ਨਾਲ ਜੁੜੇ। ਪਰ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਇੰਨੇ ਜ਼ਿਆਦਾ ਸਮਰਪਿਤ ਸੀ ਨਾ ਭਗਤ ਪੂਰਨ ਸਿੰਘ ਜੀ, ਕਿਉਂਕਿ ਉਹ ਕਹਿੰਦੇ ਜਦ ਤੱਕ ਮੈਂ ਜੀਆਂਗਾ ਸਵਾਸ ਸਵਾਸ ਮੇਰੇ ਹਿਰਦੇ ਦੇ ਵਿੱਚੋਂ ਇਹ ਅਰਦਾਸ ਨਿਕਲਦੀ ਰਹੇਗੀ, ਗੁਰੂ ਕੇ ਚੰਡੇ ਬੰਗੇ ਜੁਗ ਜੁਗੋ ਜੁਗੋ ਟਲ ਧਰਮ ਕਾ ਜੈਕਾਰ। ਤਾਂ ਇਹ ਜਿਹੜਾ ਉਹਨਾਂ ਨੂੰ ਜ਼ਿੰਦਗੀ 'ਚ ਸਹਾਰਾ ਮਿਲਿਆ, ਜਿਹੜਾ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ, ਜਿਹੜਾ ਉਹਦੇ ਉਹ ਬਹੁਤ ਰਿਣੀ ਸਨ ਜੋ ਉਹਨਾਂ ਨੂੰ, ਜਿਹੜਾ ਬਹੁਤ ਸਾਰੇ ਵਿਦਵਾਨ ਪੜ੍ਹ ਲਏ ਕਿ ਉਹਨਾਂ ਨੇ ਵੀ ਕਿਹਾ ਵਿਲੀਅਮ ਬੂਥ ਸੀਗੇ, ਉਹਨਾਂ ਨੇ ਆਰਮੀ ਬਣਾਈ ਹੋਈ ਸੀ, ਮਤਲਬ ਇੱਕ ਜਣੇ ਤੋਂ ਨਹੀਂ, ਇਕੱਲੇ ਮਹਾਤਮਾ ਗਾਂਧੀ ਤੋਂ ਨਹੀਂ ਪ੍ਰਭਾਵਿਤ ਹੋਏ, ਬਹੁਤ ਸਾਰੇ ਸਨ। ਡਾਕਟਰ ਐਬਟ ਸਵਿਟਜ਼ਰ ਪੜ੍ਹਿਆ ਉਹਨਾਂ ਨੇ, ਜਿਹੜਾ ਇੰਗਲੈਂਡ 'ਚ ਪੈਦਾ ਹੋਇਆ ਤੇ ਉਹਨੇ ਜਾ ਕੇ ਸੇਵਾ ਕੀਤੀ, ਮਤਲਬ ਸਮੇਂ ਸਮੇਂ ਤੇ ਉਹ ਵੱਖ ਵੱਖ ਰਾਈਟਰਾਂ ਤੋਂ ਪ੍ਰਭਾਵਿਤ ਹੁੰਦੇ ਰਹੇ, ਪਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਰਹੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜੀਵਿਆ, ਜਿਹੜਾ ਸੇਵਾ ਦਾ ਸਿਧਾਂਤ ਸੀ ਉਹ ਸੇਵਾ ਦੇ ਸਿਧਾਂਤ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਇਆ ਅਤੇ ਆਪਣਾ ਸਾਰਾ ਜੀਵਨ ਜਿਹੜਾ ਹੈ ਉਹ ਲੋਕ ਸੇਵਾ ਦੇ ਲਈ ਅਰਪਣ ਕਰ ਦਿੱਤਾ ਭਗਤ ਪੂਰਨ ਸਿੰਘ ਜੀ ਨੇ। ਬੀਬੀ ਜੀ, ਤੁਸੀਂ ਭਗਤ ਪੂਰਨ ਸਿੰਘ ਜੀ ਦੇ ਜੀਵਨ ਦੇ ਸੰਬੰਧ ਦੇ ਵਿੱਚ ਗੱਲਬਾਤ ਕੀਤੀ, ਅਸੀਂ ਹੋਰ ਜ਼ਿਆਦਾ ਲੰਮੀ ਗੱਲਬਾਤ ਨਹੀਂ ਕਰ ਸਕਾਂਗੇ, ਫਿਰ ਸਮਾਂ ਮਿਲਣ 'ਤੇ ਅਸੀਂ ਉਹਨਾਂ ਦੇ ਜੀਵਨ 'ਤੇ ਫਿਰ ਗੱਲਬਾਤ ਕਰਾਂਗੇ। ਤੁਸੀਂ ਅੱਜ ਦਰਸ਼ਨ ਟੀਵੀ 'ਤੇ ਜਗਬਾਣੀ ਦੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਤੁਹਾਡਾ ਵੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬੀਬੀ ਇੰਦਰਜੀਤ ਕੌਰ, ਜੋ ਕਿ ਮੁੱਖ ਸੇਵਾਦਾਰ ਪਿੰਗਲਵਾੜਾ ਸੰਸਥਾ ਦੇ ਨੇ ਅਤੇ ਸੇਵਾਵਾਂ ਨਿਭਾ ਰਹੇ ਨੇ। ਸਾਡੇ ਨਾਲ ਗੱਲਬਾਤ ਕਰ ਰਹੇ ਸਨ ਭਗਤ ਪੂਰਨ ਸਿੰਘ ਜੀ ਦੇ ਜੀਵਨ ਦੇ ਸੰਬੰਧ ਦੇ ਵਿੱਚ ਕਿ ਉਹ ਕੈਸੀ ਸ਼ਖਸੀਅਤ ਸਨ, ਕੈਸੀ ਮਹਾਨ ਰੂਹ ਸਨ ਭਗਤ ਪੂਰਨ ਸਿੰਘ। ਲੋਕ ਆਪਣੀ ਜ਼ਿੰਦਗੀ ਜਿਉਂਦੇ ਨੇ ਆਪਣਿਆਂ ਲਈ, ਆਪਣੇ ਪਰਿਵਾਰ ਲਈ, ਪਰ ਉਹ ਐਸੀ ਰੂਹ ਸੀ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਲੋਕ ਭਲਾਈ ਦੇ ਵਿੱਚ ਸਮਰਪਿਤ ਕਰ ਦਿੱਤਾ, ਲੋਕ ਭਲਾਈ ਦੇ ਵਿੱਚ ਆਪਣਾ ਜੀਵਨ ਲਾ। ਸੋ ਐਸੀਆਂ ਸ਼ਖਸੀਅਤਾਂ ਦੇ ਬਾਰੇ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਵਿਚਾਰ ਚਰਚਾ ਕਰਦੇ ਰਹਾਂਗੇ। ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਏਗਾ। ਹੁਣ ਦਿਓ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।